ਦੇਖੋ ਆਪਾਂ ਲਾਸਟ ਲੈਕਚਰ ਦੇ ਵਿੱਚ ਦੇਖੋ ਰੋਲਸ ਲੋ ਬਾਰੇ ਸਟੱਡੀ ਕੀਤਾ ਸੀ, ਹੈਨਾ। ਰੋਲਸ ਲੋ ਕੀ ਕਹਿੰਦਾ ਹੈ ਕਿ ਆਪਣਾ ਜੋ ਪਾਰਸ਼ਰ ਪ੍ਰੈਸ਼ਰ ਹੈ ਕਿਸੇ ਵੀ ਇੱਕ ਕੰਪੋਨੈਂਟ ਦਾ, ਦੈਟ ਇਜ਼ ਇਕੁਅਲ ਟੂ ਦੀ ਮੋਲ ਫ੍ਰੈਕਸ਼ਨ ਆਫ ਦੈਟ ਕੰਪੋਨੈਂਟ ਐਂਡ ਦਾ ਵੇਪਰ ਪ੍ਰੈਸ਼ਰ ਇਨ ਇਟਸ ਪਿਓਰ ਸਟੇਟ। ਤਾਂ ਅਗਰ ਤੁਸੀਂ ਇਕੁਏਸ਼ਨ ਲਿਖਣਾ ਚਾਹੋਗੇ ਤਾਂ ਆਪਾਂ ਇੱਦਾਂ ਲਿਖ ਸਕਦੇ ਹਾਂ y ਇਕੁਅਲ ਟੂ mx, ਹੈਨਾ। ਤਾਂ ਦੈਟ ਮੀਨਸ ਜੋ ਤੁਹਾਡਾ ਅਗਰ ਆਪਾਂ ਗ੍ਰਾਫ ਪਲਾਟ ਕਰੀਏ ਇਨ ਬਿਟਵੀਨ ਦਾ ਪਾਰਸ਼ਰ ਪ੍ਰੈਸ਼ਰ ਵੇਪਰ ਪ੍ਰੈਸ਼ਰ ਐਂਡ ਯੋਰ ਮੋਲ ਫ੍ਰੈਕਸ਼ਨ, ਹੈ ਨਾ। ਤਾਂ ਅਗਰ ਤੁਸੀਂ ਮੰਨ ਲਓ ਦੇਖੋ ਇੱਥੇ ਸਟਾਰਟਿੰਗ ਦੇ ਵਿੱਚ ਆਪਾਂ ਮੋਲ ਫ੍ਰੈਕਸ਼ਨ ਕਿਹਦਾ ਲਿੱਤਾ ਹੈ ਕਿ ਸਟਾਰਟਿੰਗ ਦੇ ਵਿੱਚ ਸਿਰਫ a ਕੰਪੋਨੈਂਟ ਸੀ, ਲੈਟਸ ਸਪੋਜ਼, ਹੈ ਨਾ। ਜਿਵੇਂ ਜਿਵੇਂ ਤੁਸੀਂ ਮੂਵ ਕਰ ਰਹੇ ਹੋ ਤੁਸੀਂ b ਕੀ ਕਰ ਰਹੇ ਹੋ, ਐਡ ਆਨ ਕਰ ਰਹੇ ਹੋ। ਤਾਂ ਜਿੱਦਾਂ ਜਿੱਦਾਂ b ਐਡ ਆਨ ਕਰ ਰਹੇ ਹੋ a ਤੁਹਾਡਾ ਕੀ ਹੋ ਰਿਹਾ ਹੈ, ਸਟਾਰਟਿੰਗ ਦੇ ਵਿੱਚ ਦੂਸਰੇ ਪੁਆਇੰਟ ਤੇ ਆਪਾਂ ਇੱਥੇ ਕੀ ਰੱਖਿਆ ਹੋਇਆ ਹੈ, a ਤੁਹਾਡਾ ਬਿਲਕੁਲ 0 ਹੈ ਤੇ b ਤੁਹਾਡਾ ਕੀ ਹੈ 1 ਹੈ, ਮਤਲਬ ਕੰਪਲੀਟਲੀ b ਪ੍ਰੈਜ਼ੈਂਟ ਹੈ। ਤਾਂ ਦੇਖੋ ਆਪਣੇ ਕੋਲ ਇਕੁਏਸ਼ਨ y equal to mx ਹੈ ਤੇ y equal to mx ਜੋ ਤੁਹਾਡੀ ਇਕੁਏਸ਼ਨ ਹੁੰਦੀ ਹੈ ਦੈਟ ਇਜ਼ ਯੋਰ ਸਟੇਟ ਲਾਈਨ। ਤਾਂ ਅਗਰ ਮੰਨ ਲਓ ਤੁਸੀਂ ਇੱਥੇ ਡਰਾ ਕਰਨਾ ਹੈ PA ਦੇ ਲਈ, ਕਿਉਂਕਿ ਸਟਾਰਟਿੰਗ ਤੇ ਤੁਸੀਂ ਕੀ ਦੇਖ ਰਹੇ ਹੋ ਇੱਥੇ ਸਿਰਫ ਤੁਹਾਡਾ PA ਪ੍ਰੈਜ਼ੈਂਟ ਹੈ, ਸਿਰਫ a ਕੰਪੋਨੈਂਟ ਪ੍ਰੈਜ਼ੈਂਟ ਹੈ, ਹੈ ਨਾ। ਤਾਂ ਤੁਸੀਂ ਇਸ ਨੂੰ ਕਿੱਦਾਂ ਡਰਾ ਕਰੋਗੇ ਕਿ ਸਟਾਰਟਿੰਗ ਦੇ ਵਿੱਚ ਜਦੋਂ ਤੁਹਾਡਾ ਸਿਰਫ ਮੋਲ ਫ੍ਰੈਕਸ਼ਨ ਸਿਰਫ a ਪ੍ਰੈਜ਼ੈਂਟ ਹੈ, b ਐਬਸੈਂਟ ਹੈ, ਹੈ ਨਾ। ਤਾਂ ਉਸ ਕੇਸ ਦੇ ਵਿੱਚ ਸਾਰੇ ਦਾ ਸਾਰਾ ਜੋ ਤੁਹਾਡਾ ਵੇਪਰ ਪ੍ਰੈਸ਼ਰ ਹੋਏਗਾ ਉਹ a ਕਰਕੇ ਹੋਏਗਾ, ਜਿਸ ਨੂੰ ਆਪਾਂ ਕਦ ਨਾਲ ਰਿਪ੍ਰੈਜ਼ੈਂਟ ਕਰਦੇ ਹਾਂ p1 ਨੋਟ ਦੇ ਨਾਲ। ਤਾਂ ਕਰਕੇ ਪਹਿਲਾ ਚੀਜ਼ ਇੱਥੇ ਆਉਂਦੀ ਹੈ। ਜਿੱਦਾਂ ਜਿੱਦਾਂ ਤੁਸੀਂ ਉਸ ਵਿੱਚ b ਐਡ ਆਨ ਕਰਦੇ ਜਾਂਦੇ ਹੋ ਤਾਂ ਤੁਹਾਨੂੰ ਪਤਾ ਹੈ b ਦੇ ਐਡੀਸ਼ਨ ਦੇ ਨਾਲ ਜੋ ਤੁਹਾਡਾ p1 ਨੋਟ ਹੈ ਵੇਪਰ ਪ੍ਰੈਸ਼ਰ ਆਫ ਪਿਓਰ a ਹੈ ਉਹ ਘਟਦਾ ਜਾਏਗਾ, ਘਟਦਾ ਘਟਦਾ ਆਪਾਂ ਇਸ ਨੂੰ ਕਿਸ ਨਾਲ ਰਿਪ੍ਰੈਜ਼ੈਂਟ ਕੀਤਾ ਹੈ ਇਸ ਲਾਈਨ ਦੇ ਨਾਲ 1 ਦੇ। ਔਨ ਦਾ ਅਦਰ ਹੈਂਡ ਅਗਰ ਤੁਸੀਂ ਇੱਥੇ ਡਿਸਕਸ ਕਰੋ ਫੋਰ ਯੋਰ ਗ੍ਰਾਫ b, ਤਾਂ ਗ੍ਰਾਫ b ਦਾ ਮਤਲਬ ਕੀ ਹੈ, ਆਪਾਂ b ਕੰਪੋਨੈਂਟ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਜੋ ਤੁਹਾਡਾ ਵੇਪਰ ਪ੍ਰੈਸ਼ਰ ਹੁੰਦਾ ਹੈ b ਦਾ ਇਨ ਸੋਲੂਸ਼ਨ, ਉਹ ਕਾਹਦੇ ਕੋਲ ਹੁੰਦਾ ਹੈ ਉਸ ਦੇ ਮੋਲ ਫ੍ਰੈਕਸ਼ਨ ਦੇ, ਤੇ ਵੇਪਰ ਪ੍ਰੈਸ਼ਰ ਆਫ ਇਟਸ ਪਿਓਰ ਕੰਪੋਨੈਂਟ। ਤਾਂ ਜਦੋਂ ਤੁਹਾਡੇ ਸਿਸਟਮ ਦੇ ਵਿੱਚ ਪਿਓਰਲੀ b ਪ੍ਰੈਜ਼ੈਂਟ ਸੀ, ਪਿਓਰਲੀ b ਮਤਲਬ ਜਦੋਂ xb ਦੀ ਵੈਲਿਊ ਕਿੰਨੀ ਹੈ 1, ਤਾਂ ਉਸ ਕੇਸ ਦੇ ਵਿੱਚ ਆਪਾਂ ਕੀ ਲਿਖਾਂਗੇ ਵੇਪਰ ਪ੍ਰੈਸ਼ਰ ਇਨ ਸੋਲੂਸ਼ਨ ਦੈਟ ਇਜ਼ ਇਕੁਅਲ ਟੂ ਦਾ ਵੇਪਰ ਪ੍ਰੈਸ਼ਰ ਇਨ ਦਾ ਪਿਓਰ ਸਟੇਟ। ਸੋ ਦੈਟ ਇਜ਼ ਵਾਈ ਆਈ ਐਮ taking marking it as p2 naught, that is when only b is present the vapor pressure is equal to the total vapor pressure or the in the pure state, theek hai। But as soon as you are adding a, and with the addition of a your pure vapor pressure of your b component start decreasing, so that is why we are making the curve like this। Is it clear till now? ਦੇਖੋ ਦਿਸ ਇਜ਼ ਨੋਟ ਕੰਪਲਸ਼ਨ ਕਿ ਤੁਸੀਂ ਏ ਨੂੰ ਨੀਚੇ ਬਣਾਉਣਾ ਹੈ ਜਾਂ ਬੀ ਨੂੰ ਉੱਪਰ ਬਣਾਉਣਾ ਹੈ, ਜਿੱਦਾਂ ਤੁਹਾਨੂੰ ਸੈਟਿੰਗ ਲੱਗਦੀ ਹੈ ਉੱਦਾਂ ਬਣਾ ਸਕਦੇ ਹੋ। ਇਸ ਕਰਵ ਦੇ ਅਕੋਰਡਿੰਗ ਕੀ ਹੈ ਕਿ ਤੁਹਾਡਾ ਜੋ ਵੇਪਰ ਪ੍ਰੈਸ਼ਰ ਏ ਦਾ ਹੈ ਪਿਓਰ ਕੰਪੋਨੈਂਟ ਦਾ, ਉਹ ਆਪਾਂ ਕੀ ਲਿੱਤਾ ਹੈ, ਘੱਟ ਲਿੱਤਾ ਹੋਇਆ ਹੈ। ਬਟ ਦੈਟ ਇਜ਼ ਨੋਟ ਦਾ ਕੇਸ ਆਲਵੇਸ, ਹੈ ਨਾ। ਇੱਦਾਂ ਵੀ ਹੋ ਸਕਦਾ ਹੈ ਕਿ ਤੁਹਾਡਾ ਵੇਪਰ ਪ੍ਰੈਸ਼ਰ ਆਫ ਏ ਕੰਪੋਨੈਂਟ ਜ਼ਿਆਦਾ ਹੋਵੇ ਤਾਂ ਤੁਸੀਂ ਕੀ ਕਰੋਗੇ, ਇੱਧਰ ਏ ਲਿਖ ਦੋਗੇ ਇੱਧਰ ਬੀ ਲਿਖ ਦੋ, ਦੈਟ ਇਜ਼ ਨੋਟ ਦਾ ਇਸ਼ੂ। ਨਾਉ ਅਗਰ ਤੁਸੀਂ ਕੰਬਾਈਂਡ ਵੇਪਰ ਪ੍ਰੈਸ਼ਰ ਦੀ ਗੱਲ ਕਰੋ, ਮਤਲਬ PA ਪਲੱਸ PB ਦੀ, ਹੈ ਨਾ, ਜਿਹਨੂੰ ਆਪਾਂ ਕੱਲ ਲਿਖਿਆ ਸੀਗਾ ਡਾਲਟਨ ਲਾਅ ਦੇ ਅਕੋਰਡਿੰਗ P ਟੋਟਲ, ਤਾਂ ਉਹ ਕਾਹਦੇ ਇਕੁਅਲ ਆਏਗਾ, ਜਿਹੜਾ ਇਹਨਾਂ ਦੇ ਟੋਟਲ ਵੇਪਰ ਪ੍ਰੈਸ਼ਰ ਨੂੰ ਪਿਓਰ ਕੰਪੋਨੈਂਟ ਨੂੰ ਜੋ ਆਪਸ ਦੇ ਵਿੱਚ ਕਨੈਕਟ ਕਰੇਗਾ ਉਸ ਲਾਈਨ ਨੂੰ ਆਪਾਂ ਕੀ ਲਿਖਾਂਗੇ, ਤੁਹਾਡਾ P ਟੋਟਲ। P ਟੋਟਲ ਇਜ਼ ਇਕੁਅਲ ਟੂ ਵੇਪਰ ਪ੍ਰੈਸ਼ਰ ਆਫ A ਇਨ ਦਾ ਸੋਲੂਸ਼ਨ ਪਲੱਸ ਵੇਪਰ ਪ੍ਰੈਸ਼ਰ ਆਫ B ਇਨ ਦਾ ਸੋਲੂਸ਼ਨ, ਦੈਟ ਇਜ਼ ਰਿਪ੍ਰੈਜ਼ੈਂਟਡ ਬਾਈ ਆ ਸਟ੍ਰੇਟ ਲਾਈਨ passing through your vapor pressure of pure A and the vapor pressure of your pure B। Next ਤੁਹਾਡਾ ਆਉਂਦਾ ਹੈ ਆਈਡੀਅਲ ਸੋਲੂਸ਼ਨ। ਦੇਖੋ ਆਈਡੀਅਲ ਸੋਲੂਸ਼ਨ ਇਸ ਤਰ੍ਹਾਂ ਦੇ ਸੋਲੂਸ਼ਨਸ ਹੁੰਦੇ ਨੇ ਜੋ ਤੁਹਾਡੇ ਰੋਲਸ ਲੋ ਨੂੰ ਫੋਲੋ ਕਰਦੇ ਨੇ। ਰੋਲਸ ਲੋ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਵੇਪਰ ਪ੍ਰੈਸ਼ਰ ਕਿਸੇ ਵੀ ਕੰਪੋਨੈਂਟ ਦਾ, ਦੈਟ ਇਜ਼ ਇਕੁਅਲ ਟੂ ਦਾ ਮੋਲ ਫ੍ਰੈਕਸ਼ਨ ਆਫ ਦੈਟ ਕੰਪੋਨੈਂਟ ਇਨ ਟੂ ਵੇਪਰ ਪ੍ਰੈਸ਼ਰ ਇਨ ਇਟਸ ਪਿਓਰ ਸਟੇਟ। ਇਹ ਜੋ ਸੋਲੂਸ਼ਨਸ ਨੇ ਜੋ ਇਸ ਤਰ੍ਹਾਂ ਦੇ ਰੋਲਸ ਲੋ ਨੂੰ ਫੋਲੋ ਕਰਦੇ ਨੇ ਹਰ ਕੰਪੋਜੀਸ਼ਨ ਤੇ ਜਾਂ ਕਨਸੈਂਟ੍ਰੇਸ਼ਨ ਤੇ, ਉਹਨਾਂ ਸੋਲੂਸ਼ਨਸ ਨੂੰ ਆਪਾਂ ਬੋਲਦੇ ਹਾਂ ਆਈਡੀਅਲ ਸੋਲੂਸ਼ਨ। ਆਈਡੀਅਲ ਸੋਲੂਸ਼ਨ ਦੇ ਵਿੱਚ ਕੀ ਹੁੰਦਾ ਹੈ, ਇਨਥੈਲਪੀ ਆਫ ਮਿਕਸਿੰਗ ਕੀ ਹੁੰਦੀ ਹੈ, 0। ਇਨਥੈਲਪੀ ਆਫ ਮਿਕਸਿੰਗ ਦਾ ਮਤਲਬ ਕੀ ਹੈ ਕਿ ਮੰਨ ਲਓ ਤੁਸੀਂ ਇਹ ਇਨਥੈਲਪੀ ਆਫ A ਸੀ, ਆਹ ਕੀ ਸੀ ਇਨਥੈਲਪੀ ਆਫ B ਸੀ, ਤਾਂ ਇਹਨਾਂ ਦੀ ਮੰਨ ਲਓ ਜੋ ਵੀ ਐਨਰਜੀ ਸੀ, ਮੰਨ ਲਓ ਇੱਥੇ ਸੀ x1 ਤੇ ਇਹ ਸੀ ਤੁਹਾਡੀ x2, ਤਾਂ ਜਦੋਂ ਤੁਸੀਂ ਇਹਨਾਂ ਨੂੰ ਐਡ ਕੀਤਾ ਮਿਕਸਿੰਗ ਐਡ ਕਰਨ ਤੇ, ਇਸ ਦੀ ਜੋ ਵੈਲਿਊ ਹੈ ਉਹ x1 ਪਲੱਸ x2 ਹੀ ਆਏਗੀ, ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ। ਦੈਟ ਮੀਨਸ ਜੋ ਤੁਹਾਡੀ ਇਨਥੈਲਪੀ ਆਫ ਮਿਕਸਿੰਗ ਹੈ,
ਹਨਾ ਚੇਂਜ ਕਰਨ ਤੇ ਇਹਨਾਂ ਦੀਆਂ ਪਲੱਸ ਤੇ ਇਕੁਅਲ ਹੀ ਆ ਰਹੀ ਹੈ, ਕੋਈ ਨਾ ਤਾਂ ਉਹ ਘੱਟ ਵੈਲਿਊ ਆ ਰਹੀ ਹੈ ਤੇ ਨਾ ਹੀ ਉਹ ਵੈਲਿਊ ਜ਼ਿਆਦਾ ਆ ਰਹੀ ਹੈ, ਐਗਜ਼ੈਕਟ ਉਹਦੇ ਇਕੁਅਲ ਆ ਰਹੀ ਹੈ। ਤਾਂ ਇਨਥੈਲਪੀ ਦੇ ਵਿੱਚ ਕੋਈ ਚੇਂਜ ਹੈ ਉਹ ਬਿਲਕੁਲ ਕੀ ਹੈ ਤੁਹਾਡਾ ਜ਼ੀਰੋ ਆਉਂਦਾ ਹੈ ਇਨ ਕੇਸ ਆਫ ਯੂਅਰ ਆਈਡੀਅਲ ਸੋਲੂਸ਼ਨ। ਫੋਰ ਐਗਜ਼ਾਮਪਲ ਲੈਟ ਅਸ ਕੰਸੀਡਰ ਹੈ ਨਾ ਕਿ ਤੁਸੀਂ ਜੋ ਤੁਹਾਡਾ ਏ ਹੈ ਉਸਦਾ ਇਨਥੈਲਪੀ ਕੰਟੈਂਟ 5 ਹੈ, ਲੈਟ ਅਸ ਸਪੋਜ਼ ਬੀ ਦਾ ਇਨਥੈਲਪੀ ਕੰਟੈਂਟ ਤੁਹਾਡਾ ਕਿੰਨਾ ਹੈ 3 ਹੈ। ਤਾਂ ਜਦੋਂ ਤੁਸੀਂ ਐਡ ਆਨ ਕਰੋਗੇ ਦੋਨੋਂ ਸੋਲੂਸ਼ਨ ਨੂੰ ਤਾਂ ਨੈਚੁਰਲ ਜੀ ਗੱਲ ਹੈ ਤੁਹਾਨੂੰ ਜੋ ਤੁਸੀਂ ਸੋਲੂਸ਼ਨ ਨੂੰ ਐਡ ਆਨ ਕੀਤਾ ਹੈ ਤੁਹਾਨੂੰ 5+3 8 ਹੀ ਆਉਣਾ ਚਾਹੀਦਾ ਹੈ, ਐਂਡ ਫੋਰ ਆਈਡੀਅਲ ਸੋਲੂਸ਼ਨ ਉਹ 8 ਹੀ ਆਉਂਦਾ ਹੈ। ਤਾਂ ਉਹਦੇ ਵਿੱਚ ਜੇ ਆਪਾਂ ਚੇਂਜ ਦੀ ਗੱਲ ਕਰਦੇ ਹਾਂ ਤਾਂ ਚੇਂਜ ਬਿਲਕੁਲ ਨਹੀਂ ਆਉਂਦਾ। 8 ਜੇ 8 ਵਾਲਾ ਐਡ ਕੀਤਾ ਹੈ 5+3 ਐਨਰਜੀ ਕੰਟੈਂਟ, ਤਾਂ ਉਹ ਫਾਈਨਲ ਜੋ ਸੋਲੂਸ਼ਨ ਹੁੰਦਾ ਹੈ ਉਸਦਾ ਐਨਰਜੀ ਕੰਟੈਂਟ 8 ਹੀ ਹੁੰਦਾ ਹੈ। ਦੈਟ ਮੀਨਸ ਉਹਨਾਂ ਵਿੱਚ ਇਨਥੈਲਪੀ ਦਾ ਕੋਈ ਚੇਂਜ ਨਹੀਂ ਆਉਂਦਾ। ਅਗਰ ਤੁਸੀਂ 5+3 8 ਕੀਤਾ ਹੈ ਤਾਂ ਤੁਹਾਨੂੰ ਫਾਈਨਲ ਸੋਲੂਸ਼ਨ 8 ਦੀ ਇਨਥੈਲਪੀ ਮਿਲੇਗੀ। ਅਗਰ ਤੁਸੀਂ 4+4 8 ਕੀਤਾ ਹੈ ਤਾਂ ਫਾਈਨਲ ਤੁਹਾਨੂੰ ਫੇਰ ਵੀ 8 ਹੀ ਮਿਲੇਗੀ। ਉਸ 8 ਦੀ 9 ਨਹੀਂ ਹੋ ਸਕਦਾ ਜਾਂ 8 ਦਾ 7 ਨਹੀਂ ਹੋਏਗਾ ਫੋਰ ਆਈਡੀਅਲ ਸੋਲੂਸ਼ਨ। ਸਿਮੀਲਰਲੀ ਫੋਰ ਵੋਲਿਊਮ ਚੇਂਜ, ਅਗਰ ਮੰਨ ਲਓ ਤੁਸੀਂ 50 ml ਦੇ ਵਿੱਚ ਏ ਪਲੱਸ 50 ml ਬੀ ਐਡ ਕੀਤਾ ਹੈ ਤਾਂ ਟੋਟਲ ਮਿਲ ਕੇ ਤੁਹਾਨੂੰ ਉਹ 100 ml ਸੋਲੂਸ਼ਨ ਹੀ ਦੇਣਗੇ। ਏਦਾਂ ਨਹੀਂ ਹੈ ਕਿ 100 ਦਾ 102 ml ਹੋ ਜੇ ਜਾਂ 100 ਦਾ 99 ml ਹੋ ਜੇ, ਤਾਂ ਉਹ ਤੁਹਾਨੂੰ 100 ਹੀ ਦੇਣਗੇ। ਦੈਟ ਮੀਨਸ ਵੋਲਿਊਮ ਆਫ ਮਿਕਸਿੰਗ ਦੇ ਵਿੱਚ ਜੋ ਚੇਂਜ ਹੈ ਉਹ ਵੀ ਤੁਹਾਡਾ ਕੀ ਹੋਏਗਾ 0 ਹੀ ਆਏਗਾ। 50+50 ਮਿਲ ਕੇ ਤੁਹਾਨੂੰ ਐਗਜ਼ੈਕਟ 100 ਦਾ ਹੀ ਸੋਲੂਸ਼ਨ ਬਣਾ ਕੇ ਦੇਣਗੇ। ਏਦਾਂ ਨਹੀਂ ਹੈ ਕਿ ਉਹ ਜੋ ਤੁਹਾਡਾ ਸੋਲੂਸ਼ਨ ਹੈ ਉਹ ਐਕਸਪੈਂਡ ਹੋ ਕੇ 102 ਬਣ ਜੇ ਜਾਂ ਤੁਹਾਡਾ 99 ਜਾ ਜੇ ਕੰਟਰੈਕਟ ਹੋ ਕੇ, ਉਹ 100 ਦਾ 100 ਹੀ ਰਹੇਗਾ। ਨੈਕਸਟ ਆਉਂਦੇ ਆਈਡੀਅਲ ਸੋਲੂਸ਼ਨ ਦੀ ਐਗਜ਼ਾਮਪਲਸ। ਦੇਖੋ ਇਹਦੇ ਵਿੱਚ ਜੋ ਆਪਾਂ ਜਨਰਲੀ ਆਈਡੀਅਲ ਸੋਲੂਸ਼ਨ ਦੇ ਵਿੱਚ ਐਗਜ਼ਾਮਪਲ ਲੈਂਦੇ ਹਾਂ ਤਾਂ ਉਹਨਾਂ ਵਿੱਚ ਜਨਰਲੀ ਆਪਾਂ ਨਾ ਇੱਕੋ ਜਿਹੇ ਕੰਪੋਨੈਂਟ ਹੀ ਰੱਖਦੇ ਹਾਂ, ਜਿਵੇਂ ਤੁਹਾਡਾ ਦੇਖੋ ਟੋਲਵੀਨ ਹੈ ਤੇ ਬੈਂਜੀਨ। ਟੋਲਵੀਨ ਕੀ ਹੁੰਦਾ ਹੈ ਤੁਹਾਡੀ ਬੈਂਜੀਨ ਦੇ ਉੱਤੇ ਕੀ ਲੱਗਿਆ ਹੋਇਆ ਤੁਹਾਡਾ ਮਿਥਾਈਲ ਗਰੁੱਪ, ਤੇ ਬੈਂਜੀਨ ਕੀ ਹੈ ਤੁਹਾਡਾ ਬੈਂਜੀਨ ਗਰੁੱਪ ਹੈ ਨਾ, ਸਿੰਪਲ। ਤਾਂ ਦੋਨੋਂ ਇੱਕ ਹਾਈਡਰੋਕਾਰਬਨ ਨੇ, ਨੋਨ ਪੋਲਰ ਨੇਚਰ ਹੈ, ਤਾਂ ਉਹ ਇੱਕ ਆਈਡੀਅਲ ਸੋਲੂਸ਼ਨ ਦੀ ਐਗਜ਼ਾਮਪਲ ਦਿੰਦੇ। ਨੈਕਸਟ ਤੁਹਾਡਾ ਇਥਾਈਲ ਆਇਓਡਾਈਡ ਹੈ ਤੇ ਇਥਾਈਲ ਬ੍ਰੋਮਾਈਡ ਹੈ। ਤਾਂ ਦੋਨੋਂ ਦੇਖੋ ਕੀ ਹੈ, ਜਿੰਨੇ ਦੇਖੋਗੇ ਤਾਂ ਦੋਨੋਂ ਤੁਹਾਡੇ ਹਾਈਡਰੋਕਾਰਬਨ ਹੋ ਸਕਦੇ ਨੇ, ਠੀਕ ਹੈ। ਦੋਨਾਂ ਦਾ ਨੇਚਰ ਇੱਕੋ ਜਿਹਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਕੀ ਹੈ ਆਈਡੀਅਲ ਸੋਲੂਸ਼ਨ ਨੂੰ ਕੰਸਟੀਟੂਐਂਟ ਕਰਦੇ। ਇੱਥੇ ਦੇਖੋ ਤੁਹਾਡਾ ਬ੍ਰੋਮੋ ਬੈਂਜੀਨ ਹੈ ਤੇ ਕਲੋਰੋ ਬੈਂਜੀਨ ਹੈ। ਬੈਂਜੀਨ ਦੇ ਉੱਤੇ ਇੱਕ ਵਾਰੀ ਬ੍ਰੋਮੀਨ ਲਗਾ ਦਿਓ ਤੇ ਇੱਕ ਬ੍ਰੋਮੀਨ ਬੈਂਜੀਨ ਦੇ ਉੱਪਰ ਕੀ ਲਗਾ ਦਿਓ ਤੁਹਾਡਾ ਸੀਐਲ ਗਰੁੱਪ ਲਗਾ ਦਿਓ। ਤਾਂ ਦੇਖੋ ਦੋਨੋਂ ਆਲਮੋਸਟ ਸੇਮ, ਇਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਤਾਂ ਇਸ ਤਰ੍ਹਾਂ ਦੇ ਕੰਪੋਨੈਂਟ ਜਿਨ੍ਹਾਂ ਵਿੱਚ ਬਹੁਤਾ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਉਹ ਜਨਰਲੀ ਤੁਹਾਡੇ ਆਈਡੀਅਲ ਸੋਲੂਸ਼ਨ ਦੀ ਫਾਰਮੇਸ਼ਨ ਕਰਦੇ ਨੇ, ਕਿਉਂਕਿ ਇਹਨਾਂ ਦੀਆਂ ਜੋ ਕਰੈਕਟਰਿਸਟਿਕਸ ਹੁੰਦੀਆਂ ਨੇ, ਫੀਚਰਸ ਹੁੰਦੇ ਨੇ, ਉਹ ਆਲਮੋਸਟ ਆਈਡੈਂਟੀਕਲ ਨੇ। ਜਿਵੇਂ ਤੁਹਾਡਾ ਐਨ ਹੈਪਟੇਨ, ਮਤਲਬ ਜਿਹੜਾ 7 ਮੈਂਬਰ ਰਿੰਗ ਹੁੰਦੀ ਹੈ, ਠੀਕ ਰਿੰਗ ਕਹਿ ਰਹੇ ਹਾਂ, ਸੋਰੀ 7 ਮੈਂਬਰ ਚੇਨ ਹੁੰਦੀ ਹੈ ਤੇ ਹੈਕਸੇਨ ਦੇ ਵਿੱਚ ਹੀ ਹੁੰਦੀ ਹੈ ਤੁਹਾਡੀ 6 ਮੈਂਬਰ ਚੇਨ ਹੁੰਦੀ ਹੈ ਨਾ। ਤੇ ਇਹ ਵੀ ਤੁਹਾਡੇ ਕੀ ਹਾਈਡਰੋਕਾਰਬਨ ਨੇ, ਨੋਨ ਪੋਲਰ ਪਾਰਟ ਨੇ, ਤੇ ਆਈਡੀਅਲ ਸੋਲੂਸ਼ਨ ਨੂੰ ਹੀ ਕੰਸਟੀਟੂਐਂਟ ਇਹ ਤੁਹਾਡੇ ਕਰਨਗੇ। ਹੁਣ ਤੱਕ ਦੇਖੋ ਜੋ ਵੀ ਆਪਾਂ ਡਿਸਕਸ ਕੀਤਾ ਉਹ ਆਈਡੀਅਲ ਦੇ ਲਈ ਸੀ, ਹੁਣ ਆਪਾਂ ਗੱਲ ਕਰ ਰਹੇ ਹਾਂ ਆਪਣੇ ਨੋਨ ਆਈਡੀਅਲ ਸੋਲੂਸ਼ਨਸ ਦੇ ਲਈ। ਤਾਂ ਨੋਨ ਆਈਡੀਅਲ ਸੋਲੂਸ਼ਨ ਦੇਖੋ, ਆਈਡੀਅਲ ਸੋਲੂਸ਼ਨ ਕੀ ਸੀ, ਜੋ ਰੋਲਸ ਲੋ ਨੂੰ ਫੋਲੋ ਕਰਦੇ ਨੇ ਐਟ ਆਲ ਕੰਸੈਂਟ੍ਰੇਸ਼ਨ ਕੰਡੀਸ਼ਨਸ, ਹੈ ਨਾ। ਬਟ ਉਹ ਵਾਲੇ ਸੋਲੂਸ਼ਨ ਜੋ ਤੁਹਾਡੇ ਰੋਲਸ ਲੋ ਨੂੰ ਫੋਲੋ ਨਹੀਂ ਕਰਦੇ ਉਹ ਤੁਹਾਡੇ ਕੀ ਆ ਜਾਂਦੇ ਨੇ, ਨੋਨ ਆਈਡੀਅਲ ਸੋਲੂਸ਼ਨ ਚ ਆ ਜਾਂਦੇ ਨੇ। ਨੋਨ ਆਈਡੀਅਲ ਜੋ ਤੁਹਾਡੇ ਸੋਲੂਸ਼ਨਸ ਨੇ ਉਹਨੂੰ ਆਪਾਂ ਦੋ ਕੈਟੇਗਰੀ ਚ ਡਿਵਾਈਡ ਕਰਦੇ ਹਾਂ। ਫਸਟ ਵਨ ਦੈਟ ਵਿਲ ਸ਼ੋ ਯੂਅਰ ਪੋਜ਼ਿਟਿਵ ਡੈਵੀਏਸ਼ਨ ਐਂਡ ਦ ਸੈਕਿੰਡ ਵਨ ਦੈਟ ਵਿਲ ਸ਼ੋ ਯੂਅਰ ਨੈਗੇਟਿਵ ਡੈਵੀਏਸ਼ਨ। ਦੇਖੋ ਹੁਣ ਇਹਨਾਂ ਦੇ ਮਤਲਬ ਕੀ ਹੈ, ਪੋਜ਼ਿਟਿਵ ਡੈਵੀਏਸ਼ਨ ਜਾਂ ਨੈਗੇਟਿਵ ਡੈਵੀਏਸ਼ਨ ਦਾ ਮਤਲਬ ਕੀ ਹੈ। ਦੇਖੋ ਜਦੋਂ ਆਪਾਂ ਰੋਲਸ ਲੋ ਦੀ ਗੱਲ ਕਰਦੇ ਹਾਂ ਤਾਂ ਰੋਲਸ ਲੋ ਦੇ ਵਿੱਚ ਆਪਾਂ ਕਾਹਦੀ ਗੱਲ ਕਰਦੇ ਹਾਂ, ਵੇਪਰ ਪ੍ਰੈਸ਼ਰ ਦੀ। ਰੋਲਸ ਲੋ ਦੇ ਵਿੱਚ ਆਪਾਂ ਕਾਹਦੀ ਗੱਲ ਕਰਦੇ ਹਾਂ, ਵੇਪਰ ਪ੍ਰੈਸ਼ਰ ਦੀ। ਤਾਂ ਜੋ ਵੀ ਆਪਾਂ ਗੱਲ ਕਰ ਰਹੇ ਹਾਂ ਪੋਜ਼ਿਟਿਵ ਡੈਵੀਏਸ਼ਨ ਜਾਂ ਤੁਹਾਡਾ ਨੈਗੇਟਿਵ ਡੈਵੀਏਸ਼ਨ, ਉਹ ਆਪਾਂ ਕਿਹਦੇ ਰਿਸਪੈਕਟ ਨਾਲ ਦੱਸ ਰਹੇ ਹਾਂ, ਵੇਪਰ ਪ੍ਰੈਸ਼ਰ ਦੇ ਰਿਸਪੈਕਟ ਨਾਲ ਦੱਸ ਰਹੇ ਹਾਂ। ਤਾਂ ਪੋਜ਼ਿਟਿਵ ਡੈਵੀਏਸ਼ਨ ਦਾ ਮਤਲਬ ਕੀ ਹੈ ਕਿ ਇੱਥੇ ਕੀ ਹੋਏਗਾ, ਵੇਪਰ ਪ੍ਰੈਸ਼ਰ ਇਨਕਰੀਜ਼ ਹੋਏਗਾ, ਠੀਕ ਹੈ। ਨੈਗੇਟਿਵ ਡੈਵੀਏਸ਼ਨ ਦਾ ਮਤਲਬ ਕੀ ਹੈ, ਇੱਥੇ ਵੇਪਰ ਪ੍ਰੈਸ਼ਰ ਕੀ ਹੋਏਗਾ ਤੁਹਾਡਾ, ਡਿਕਰੀਜ਼ ਹੋਏਗਾ। ਤਾਂ ਜੋ ਆਪਾਂ ਰੋਲਸ ਲੋ ਲਈ ਆਪਾਂ ਆਈਡੀਅਲ ਇਕੁਏਸ਼ਨ ਦੇ ਲਈ ਕਰਵ ਪਲਾਟ ਕੀਤਾ ਸੀ, ਜਿਹੜੀਆਂ ਇੱਥੇ ਤੁਹਾਨੂੰ ਡੋਟਡ ਲਾਈਨ ਦਿਖ ਰਹੀਆਂ ਨੇ ਇਸ ਕਰਵਸ ਦੇ ਵਿੱਚ, ਹੈ ਨਾ। ਤਾਂ ਉਹ ਕਰਵ ਲਈ ਜਿਹੜੀਆਂ ਤੁਹਾਡੀਆਂ ਡੋਟਡ ਲਾਈਨਸ ਨੇ, ਮੈਂ ਲਿਖ ਦਿੰਦਾ ਹਾਂ, ਜੋ ਤੁਹਾਡੀਆਂ ਡੋਟਡ ਲਾਈਨਸ ਨੇ ਉਹ ਕਿਸ ਚੀਜ਼ ਨੂੰ ਰਿਪ੍ਰੈਜ਼ੈਂਟ ਕਰ ਰਹੀਆਂ ਨੇ, ਤੁਹਾਡੀਆਂ ਗ੍ਰਾਫ ਆਫ ਯੂਅਰ ਆਈਡੀਅਲ ਸੋਲੂਸ਼ਨ, ਠੀਕ ਹੈ। ਬਟ ਜੋ ਤੁਹਾਡੀਆਂ ਕਰਵਡ ਲਾਈਨਸ ਨੇ
ਤਾਂ ਜਿਹੜੀ ਕਰਵਡ ਲਾਈਨ ਇੱਥੇ ਦੇਖੋ ਕੀ ਦਿਖਾਇਆ ਹੋਇਆ ਹੈ ਆਪਾਂ ਉੱਪਰ ਲਿਖਿਆ ਹੈ ਪੋਜ਼ਿਟਿਵ ਡੇਵੀਏਸ਼ਨ ਦੇ ਲਈ ਵੇਪਰ ਪ੍ਰੈਸ਼ਰ ਮਤਲਬ ਕੀ ਹੈ ਇਨਕਰੀਜ਼ ਹੋ ਜਾਂਦਾ ਹੈ ਤੇ ਆਪਾਂ ਕਰਵ ਕਾਦੇ ਵਿੱਚ ਪਲਾਟ ਕਰਦੇ ਹਾਂ ਵਾਈ ਐਕਸਿਸ ਦੇ ਵਿੱਚ ਵੇਪਰ ਪ੍ਰੈਸ਼ਰ ਤਾਂ ਇਨਕਰੀਜ਼ ਕਰਨਾ ਹੈ ਦੈਟ ਮੀਨਸ ਆਪਾਂ ਹਲਕਾ ਜਿਹਾ ਕੀ ਦਿਖਾ ਦਿੰਦੇ ਹਾਂ ਇੱਥੇ ਕਰਵ ਦਿਖਾ ਦਿੰਦੇ ਹਾਂ ਅਪੋਨ ਅਪਸਾਈਡ ਉੱਪਰ ਦੀ ਪੋਜ਼ਿਟਿਵ ਡੇਵੀਏਸ਼ਨ ਦਿਖਾਉਂਦੇ ਹਾਂ ਕਰਵ ਨੂੰ ਥੋੜਾ ਜਿਹਾ ਉੱਪਰ ਚੁੱਕ ਦਿੰਦੇ ਹਾਂ ਦੇਖੋ ਇੱਥੇ ਜੋ ਥੋੜਾ ਪੀਬੀ ਦੀ ਲਾਈਨ ਸੀ ਉਹ ਨੀਚੇ ਸੀ ਇੱਥੇ ਕਰਵ ਨੂੰ ਆਪਾਂ ਹਲਕਾ ਜਿਹਾ ਕੀ ਕਰਤਾ ਉੱਪਰ ਚੱਕਤਾ ਸਿਮੀਲਰਲੀ ਪੀਏ ਵਾਲੀ ਕਰਵ ਕੀ ਸੀ ਆ ਡੋਟਡ ਲਾਈਨ ਸੀ ਤਾਂ ਉਸ ਨੂੰ ਹਲਕਾ ਜਿਹਾ ਉੱਪਰ ਸ਼ਿਫਟ ਕਰਤਾ ਤਾਂ ਕਿ ਉਹਦਾ ਵੇਪਰ ਪ੍ਰੈਸ਼ਰ ਆਪਾਂ ਇਨਕਰੀਜ਼ ਕਰ ਸਕੀਏ ਤਾਂ ਜੋ ਥੋੜਾ ਪੋਜ਼ਿਟਿਵ ਡੇਵੀਏਸ਼ਨ ਇੱਥੇ ਮਤਲਬ ਕੀ ਹੈ ਕਿ ਜੋ ਤੁਹਾਡੀਆਂ ਵੇਪਰ ਪ੍ਰੈਸ਼ਰ ਦੀਆਂ ਜੋ ਕਰਵ ਸੀ ਉਹ ਅਪਵਰਡ ਸ਼ਿਫਟ ਹੋ ਜਾਣਗੀਆਂ ਅਪਵਰਡ ਅਪਵਰਡ ਕਰਵ ਸ਼ੋ ਕਰਨਗੀਆਂ ਪੋਜ਼ਿਟਿਵ ਡੇਵੀਏਸ਼ਨ ਉਹਨਾਂ ਕਰਵਸ ਦੇ ਵਿੱਚ ਆਏਗਾ ਜਦਕਿ ਜੋ ਤੁਹਾਡਾ ਨੈਗੇਟਿਵ ਡੇਵੀਏਸ਼ਨ ਹੈ ਨੈਗੇਟਿਵ ਡੇਵੀਏਸ਼ਨ ਦਾ ਮਤਲਬ ਉੱਥੇ ਵੇਪਰ ਪ੍ਰੈਸ਼ਰ ਘਟ ਗਿਆ ਤਾਂ ਤੁਸੀਂ ਜੋ ਕਰਵਸ ਹੋਣਗੀਆਂ ਉਹਨੂੰ ਕੀ ਕਰੋਗੇ ਨੈਗੇਟਿਵ ਦਿਖਾਉਣ ਦੇ ਲਈ ਕੀ ਕਰੋਗੇ ਡਿਕਰੀਜ਼ਿੰਗ ਕਰਵ ਸ਼ੋ ਕਰੋਗੇ ਕੀ ਸ਼ੋ ਕਰੋਗੇ ਉਹਨਾਂ ਨੂੰ ਡਿਕਰੀਜ਼ਿੰਗ ਕਰਵ ਸ਼ੋ ਕਰੋਗੇ ਇੱਥੇ ਤੱਕ ਪੁਆਇੰਟ ਕਲੀਅਰ ਹੈ ਨੈਕਸਟ ਦੇਖੋ ਹੁਣ ਆਪਾਂ ਸਿੱਖਦੇ ਹਾਂ ਕਿ ਐਦਾਂ ਕਿਉਂ ਹੋ ਰਿਹਾ ਹੈ ਦੇਖੋ ਜੋ ਤੁਹਾਡਾ ਆਈਡੀਅਲ ਸੋਲੂਸ਼ਨ ਸੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡੇਵੀਏਸ਼ਨ ਨਹੀਂ ਹੁੰਦੀ ਸੀ ਹਨਾ ਰੀਜ਼ਨ ਕੀ ਹੈ ਕਿਉਂਕਿ ਦੇਖੋ ਜਦੋਂ ਮੈਂ ਤੁਹਾਨੂੰ ਆਈਡੀਅਲ ਇਕੁਏਸ਼ਨ ਦੀ ਐਗਜ਼ਾਮਪਲ ਲਿਖਵਾਈਆਂ ਸੀ ਬੈਂਜੀਨ ਤੇ ਟੋਲੂਇਨ ਮੈਂ ਤੁਹਾਨੂੰ ਦੱਸਿਆ ਸੀ ਇਹ ਕੀ ਹੁੰਦੇ ਸੰਬਟ ਸਿਮਿਲਰ ਹੁੰਦੇ ਨੇ ਇਨ ਇਟਸ ਸਟਰਕਚਰ ਤਾਂ ਸਟਰਕਚਰ ਸਿਮਿਲਰ ਹੋਣ ਕਰਕੇ ਦੇਖੋ ਜੋ ਇਹਨਾਂ ਦੇ ਵਿੱਚ ਇੰਡੀਵਿਜੁਅਲ ਇੰਟਰੈਕਸ਼ਨ ਸੀ ਏ ਏ ਪਾਰਟੀਕਲਸ ਦੇ ਵਿੱਚ ਤੇ ਬੀ ਬੀ ਪਾਰਟੀਕਲਸ ਦੇ ਵਿੱਚ ਉਹ ਕੀ ਹੋਣਗੀਆਂ ਸੇਮ ਹੋਣਗੀਆਂ ਜਦੋਂ ਉਹਨਾਂ ਨੂੰ ਮਿਕਸ ਕਰਦੇ ਹਾਂ ਮਤਲਬ ਏ ਬੀ ਜੋ ਇੰਟਰੈਕਸ਼ਨਸ ਨੇ ਜੋ ਤੁਹਾਡੇ ਦੋਸਤ ਤੁਸੀਂ ਐਡ ਕੀਤੇ ਨੇ ਬੈਂਜੀਨ ਤੇ ਟੋਲਵਿਨ ਤਾਂ ਜਦੋਂ ਜੋ ਇੰਟਰੈਕਸ਼ਨ ਬੈਂਜੀਨ ਤੇ ਟੋਲਵਿਨ ਵਿੱਚ ਹੈ ਉਹੀ ਇੰਟਰੈਕਸ਼ਨ ਬੈਂਜੀਨ ਤੇ ਬੈਂਜੀਨ ਮੋਲੀਕਿਊਲਸ ਦੇ ਵਿੱਚ ਸੀ ਤੇ ਉਹੀ ਇੰਟਰੈਕਸ਼ਨ ਤੁਹਾਡੇ ਟੋਲਵਿਨ ਤੇ ਟੋਲਵਿਨ ਵਿੱਚ ਸੀ ਕਿਉਂਕਿ ਇੰਟਰੈਕਸ਼ਨ ਤੁਹਾਡੇ ਸੋਲਿਊਟ ਸੋਲਵੈਂਟ 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 ਤੇ ਸੋਲਿਊਟ ਸੋਲਿਊਟ ਦੇ ਵਿੱਚ ਇੱਕੋ ਜੀਆਂ ਹੁੰਦੀਆਂ ਨੇ ਤਾਂ ਕਰਕੇ ਉਹ ਕੋਈ ਵੀ ਡੇਵੀਏਸ਼ਨ ਸ਼ੋ ਨਹੀਂ ਕਰਦੀਆਂ ਇਹਦਾ ਮੇਨ ਰੀਜ਼ਨ ਕੀ ਹੈ ਕਿ ਉਹਨਾਂ ਵਿੱਚ ਜਿਹੜੀਆਂ ਇੰਟਰੈਕਸ਼ਨ ਸੀ ਤੁਹਾਡੀਆਂ ਸੋਲਵੈਂਟ ਸੋਲਵੈਂਟ ਸੋਲਿਊਟ ਸੋਲਿਊਟ ਤੇ ਸੋਲਿਊਟ ਤੇ ਸੋਲਵੈਂਟ ਦੀਆਂ ਉਹ ਕੀ ਸੀ ਬਿਲਕੁਲ ਸੇਮ ਪਰ ਜਦ ਆਪਾਂ ਦੇਖੋ ਪੋਜ਼ਿਟਿਵ ਡੇਵੀਏਸ਼ਨ ਦੀ ਗੱਲ ਕੀਤੀ ਹੈ ਤਾਂ ਪੋਜ਼ਿਟਿਵ ਡੇਵੀਏਸ਼ਨ ਦੇ ਵਿੱਚ ਦੇਖੋ ਕੀ ਕੀਤਾ ਸੀ ਆਪਾਂ ਇੱਥੇ ਵੇਪਰ ਪ੍ਰੈਸ਼ਰ ਇਨਕਰੀਜ਼ ਕੀਤਾ ਸੀ ਵੇਪਰ ਪ੍ਰੈਸ਼ਰ ਇਨਕਰੀਜ਼ ਕਰਨ ਦਾ ਮਤਲਬ ਕੀ ਹੈ ਥੋੜਾ ਬੋਇਲਿੰਗ ਪੁਆਇੰਟ ਕੀ ਹੋ ਰਿਹਾ ਹੈ ਡਿਕਰੀਜ਼ ਹੋ ਰਿਹਾ ਹੈ ਬਿਕੋਜ਼ ਵੇਪਰ ਪ੍ਰੈਸ਼ਰ ਐਂਡ ਬੋਇਲਿੰਗ ਪੁਆਇੰਟ ਆਰ ਇਨਵਰਸਲੀ ਪ੍ਰੋਪੋਰਸ਼ਨਲ ਟੂ ਈਚ ਅਦਰ ਤਾਂ ਅਗਰ ਤੁਹਾਡਾ ਦੇਖੋ ਇੱਥੇ ਬੋਇਲਿੰਗ ਪੁਆਇੰਟ ਡਿਕਰੀਜ਼ ਹੋ ਰਿਹਾ ਹੈ ਬੋਇਲਿੰਗ ਪੁਆਇੰਟ ਡਿਕਰੀਜ਼ ਹੋ ਰਿਹਾ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਜੋ ਤੁਹਾਡਾ ਫਾਈਨਲ ਸੋਲੂਸ਼ਨ ਬਣ ਰਿਹਾ ਹੈ ਫਾਈਨਲ ਸੋਲੂਸ਼ਨ ਦੇ ਵਿੱਚ ਇੰਟਰੈਕਸ਼ਨ ਕੀ ਨੇ ਫਾਈਨਲ ਸੋਲੂਸ਼ਨ ਹੈਜ਼ ਵੀਕ ਇੰਟਰੈਕਸ਼ਨਸ ਜੇ ਫਾਈਨਲ ਸੋਲੂਸ਼ਨ ਦੇ ਵਿੱਚ ਇੰਟਰੈਕਸ਼ਨਸ ਵੀਕ ਨੇ ਤਾਂ ਹੀ ਕਰਕੇ ਤੁਹਾਡਾ ਬੋਇਲਿੰਗ ਪੁਆਇੰਟ ਘਟ ਰਿਹਾ ਹੈ ਤੇ ਵੇਪਰ ਪ੍ਰੈਸ਼ਰ ਵੱਧ ਰਿਹਾ ਹੈ ਸੋ ਫੋਰ ਪੋਜ਼ਿਟਿਵ ਡੇਵੀਏਸ਼ਨ ਵੀ ਵਿਲ ਸੇ ਕਿ ਫਾਈਨਲ ਸੋਲੂਸ਼ਨ ਦੇ ਵਿੱਚ ਵੀਕ ਇੰਟਰੈਕਸ਼ਨਸ ਨੇ ਦੈਟ ਮੀਨਸ ਜੋ ਤੁਹਾਡੀਆਂ ਏ ਬੀ ਇੰਟਰੈਕਸ਼ਨਸ ਨੇ ਦੈਟ ਆਰ ਵੀਕਰ ਲੈਸਰ ਦੈਨ ਯੂਰ ਏ ਏ ਐਂਡ ਬੀ ਬੀ ਟਾਈਪ ਇੰਟਰੈਕਸ਼ਨਸ ਕਿਉਂਕਿ ਇਹ ਪੋਜ਼ਿਟਿਵ ਡੇਵੀਏਸ਼ਨ ਸ਼ੋ ਕਰਦੇ ਨੇ ਤਾਂ ਇੱਥੇ ਤੁਹਾਡੀ ਇਨਥੈਲਪੀ ਆਫ ਮਿਕਸਿੰਗ ਲੈ ਲਓ ਚਾਹੇ ਵੋਲਿਊਮ ਆਫ ਮਿਕਸਿੰਗ ਲੈ ਲਓ ਉਹ ਕੀ ਹੋਏਗੀ ਗ੍ਰੇਟਰ ਦੈਨ ਜ਼ੀਰੋ ਉਹ ਕੀ ਆਏਗੀ ਤੁਹਾਡੀ ਗ੍ਰੇਟਰ ਦੈਨ ਜ਼ੀਰੋ ਹੁਣ ਮੇਨ ਕੁਐਸਚਨ ਆਉਂਦਾ ਹੈ ਕਿ ਇਹ ਕਿਹੜੀਆਂ ਐਗਜ਼ਾਮਪਲਸ ਮਤਲਬ ਤੁਹਾਡੀਆਂ ਪੋਜ਼ਿਟਿਵ ਡੇਵੀਏਸ਼ਨ ਨੂੰ ਸ਼ੋ ਕਰਨਗੀਆਂ ਫਰੋਮ ਯੂਅਰ ਰੋਲਸ ਲੋ ਤਾਂ ਦੇਖੋ ਤੁਸੀਂ ਕੀ ਕਰਨਾ ਹੈ ਕਿ ਜੋ ਤੁਹਾਡੀਆਂ ਫਾਈਨਲ ਇੰਟਰੈਕਸ਼ਨਸ ਨੇ ਉਹ ਥੋੜੀਆਂ ਵੀਕ ਹੋਣੀਆਂ ਚਾਹੀਦੀਆਂ ਨੇ ਤਾਂ ਫਾਈਨਲ ਇੰਟਰੈਕਸ਼ਨਸ ਵੀਕ ਕਦੋਂ ਹੋਣਗੀਆਂ ਅਗਰ ਤੁਸੀਂ ਸੋਲੂਸ਼ਨ ਜੋ ਲੈ ਰਹੇ ਹੋ ਸੋਲਿਊਟ ਜਾਂ ਸੋਲਵੈਂਟ ਹੈ ਨਾ ਜੋ ਵੀ ਤੁਸੀਂ ਐਡ ਆਨ ਕਰ ਰਹੇ ਹੋ ਤਾਂ ਜੋ ਵੀ ਤੁਸੀਂ ਸੋਲਿਊਸ਼ਨ ਲੈ ਰਹੇ ਹੋ ਸੋਲਿਊਟ ਤੇ ਸੋਲਵੈਂਟ ਉਹਦੇ ਵਿੱਚ ਇੱਕ ਨੋਨ ਪੋਲਰ ਮੋਲੀਕਿਊਲ ਲੈ ਲਓ ਤੇ ਦੂਸਰਾ ਕੀ ਲੈ ਲਓ ਪੋਲਰ ਕਿਉਂਕਿ ਤੁਹਾਨੂੰ ਪਤਾ ਹੈ ਕੱਲ ਵੀ ਦੱਸਿਆ ਸੀ ਲਾਈਕ ਡਿਸੋਲਵ ਲਾਈਕ ਪੋਲਰ ਦੇ ਵਿੱਚ ਪੋਲਰ ਡਿਸੋਲਵ ਹੋਣਗੇ ਨੋਨ ਪੋਲਰ ਦੇ ਵਿੱਚ ਨੋਨ ਪੋਲਰ ਪਰ ਜਿੱਦਾਂ ਹੀ ਤੁਸੀਂ ਪੋਲਰ ਨੂੰ ਨੋਨ ਪੋਲਰ 'ਚ ਐਡ ਆਨ ਕਰ ਦੋਗੇ ਤਾਂ ਇਹ ਇੱਕ ਦੂਜੇ ਵਿੱਚ ਡਿਸੋਲਵ ਨਹੀਂ ਹੋਣ ਪਾਣਗੇ ਦੈਟ ਮੀਨਸ ਜੋ ਦੋਨਾਂ ਦੀ ਏ ਬੀ ਇੰਟਰੈਕਸ਼ਨ ਹੈ ਉਹ ਵੀਕ ਰਹਿ ਜਾਏਗੀ ਐਜ਼ ਕੰਪੇਅਰ ਟੂ ਯੂਅਰ ਏ ਏ ਇੰਟਰੈਕਸ਼ਨ ਔਰ ਯੂਅਰ ਬੀ ਬੀ ਇੰਟਰੈਕਸ਼ਨ ਸੋ ਯੂਅਰ ਸਿਸਟਮ ਵਿਲ ਬਿਹੇਵ ਵਿਲ ਸ਼ੋ ਪੋਜ਼ਿਟਿਵ ਡੇਵੀਏਸ਼ਨ ਫਰੋਮ ਰੋਲਸ ਲਾਅ ਦੇਖੋ ਇੱਥੇ ਇੰਥੈਲਪੀ ਆਫ ਮਿਕਸਿੰਗ ਗ੍ਰੇਟਰ ਦੈਨ ਜ਼ੀਰੋ ਜਾਂ ਇੰਥੈਲਪੀ ਆਫ ਵੋਲਿਊਮ ਆਫ ਮਿਕਸਿੰਗ ਗ੍ਰੇਟਰ ਦੈਨ ਜ਼ੀਰੋ ਕਿਉਂ ਹੈ ਕਿਉਂਕਿ ਦੇਖੋ ਪੋਜ਼ਿਟਿਵ ਡੇਵੀਏਸ਼ਨ ਦਾ ਮਤਲਬ ਕੀ ਹੈ ਵੇਪਰ ਪ੍ਰੈਸ਼ਰ ਇਨਕਰੀਜ਼ ਹੋ ਗਿਆ ਮਤਲਬ ਗੈਸ ਦੀ ਕੰਪੋਜੀਸ਼ਨ ਵੱਧ ਗਈ ਅਗਰ ਗੈਸ ਦੀ ਕੰਪੋਜੀਸ਼ਨ ਵੱਧ ਰਹੀ ਹੈ ਦੈਟ ਮੀਨਸ ਵੋਲਿਊਮ ਵਧੇਗਾ ਨਾ ਤਾਂ ਕਰਕੇ ਇੱਥੇ ਇਹਨਾਂ ਦੀਆਂ ਵੈਲਿਊਜ਼ ਕੀ ਆ ਰਹੀਆਂ ਨੇ ਤੁਹਾਡੀਆਂ ਪੋਜ਼ਿਟਿਵ ਆ ਰਹੀਆਂ ਨੇ
देखो एग्जांपल्स देख लेने हैं ना, जिसमें पॉजिटिव डेविएशन है, जिसमें देखो इथेनॉल है दैट इज योर पोलर, पर जो थोड़ा साइक्लोहेक्सीन है वो ये थोड़ा बिल्कुल नॉन पोलर है। एसीटोन पोलर है, कार्बन डाइसल्फाइड CH2 नॉन पोलर है, एसीटोन पोलर है, बेंजीन थोड़ा नॉन पोलर है, कार्बन टेट्राक्लोराइड नॉन पोलर, क्लोरोफॉर्म CHCl3 पोलर। तो तुसी जदों एक पोलर ते नॉन पोलर कंपोनेंट का मिक्सचर लैने हो तो दैट विल कॉन्स्टिट्यूट योर नॉन आइडियल सॉल्यूशन, दैट विल शो पॉजिटिव डेविएशन फ्रॉम द रॉल्स लॉ। बट व्हेन यू आर गोइंग टू कंसीडर अबाउट द नेगेटिव डेविएशन का मतलब की सी कि थोड़ा वेपर प्रेशर डिक्रीज कर गया। वेपर प्रेशर घटने का मतलब की है बॉइलिंग पॉइंट बढ़ गया। बॉइलिंग पॉइंट वधन का मतलब की है कि इत्थे जो थोड़ी फाइनल इंटरैक्शंस ने सॉल्यूट ते सॉल्वेंट दी, मतलब जो ए बी इंटरैक्शंस ने वो ज्यादा ने एज कंपेयर टू योर सॉल्यूट सॉल्यूट इंटरैक्शन और सॉल्वेंट सॉल्वेंट इंटरैक्शन। तो अगर तुसी फाइनल इंटरैक्शंस नु स्ट्रोंग बनाना है तो थोनू इस तरह दे सॉल्वेंट कंपोनेंट नु यूज करना पड़ेगा जो आपस दे विच मिलके कुछ एक्स्ट्रा बॉन्डिंग कर सकन। तो वो एक्स्ट्रा बॉन्डिंग जनरली की हुंदी है थोड़ी हाइड्रोजन बॉन्डिंग। तो थोनू दो कंपोनेंट इस तरह दे लेने पैणगे कि जदों उन्हां दो कंपोनेंट्स नु आपां ऐड ऑन करिए तो वो हाइड्रोजन बॉन्डिंग कर सकन। फॉर एग्जांपल थोड़ा थे एसीटोन है, एसीटोन ते नाल की आ जे थोड़ा क्लोरोफॉर्म। तो एसीटोन दे नाल देखो जदों थोड़ा क्लोरोफॉर्म आ जांदा है तो यही की कर सकदे ने इहदे नाल हाइड्रोजन बॉन्डिंग कर सकता है। हुण तुसी कहोगे एच तां थोड़ा एसिडिक नहीं आ, पर इत्थे एच थोड़ा एसिडिक है। रीजन की है कि जदों ही एच इत्थे निकलेगा तां इत्थे जिहड़ा कार्बन ते नेगेटिव चार्ज आएगा वो सीएल उसनू स्टेबल कर सकता है। इसनू आपां ऑन वाले लेक्चर्स दे विच ऑर्गेनिक विच डिस्कस करांगे। फॉर द टाइम बीइंग तुसी इसनू समझ सकदे हो कि इत्थे जो थोड़ा ऑक्सीजन है वो हाइड्रोजन दे नाल की कर सकता है, हाइड्रोजन बॉन्डिंग करेगा क्योंकि एक एडिशनल फैक्टर मिल गया उसनों स्टेबल होने का। तो स्टेबल होने करके ओ की होगी उन्होंने इंटरैक्शन स्ट्रोंग होगी, इंटरैक्शन स्ट्रोंग होने करके बॉइलिंग पॉइंट उन्होंने वध गया तो उन्होंने जो वेपर प्रेशर है वो की हो गया डिक्रीज करके। सिमिलरली थोड़ा वाटर ते HCl दैट विल फॉर्म योर हाइड्रोजन बॉन्डिंग, वाटर नाइट्रिक एसिड दे नाल हाइड्रोजन बॉन्डिंग फॉर्म कर सकता है, वाटर थोड़े क्लोरोफॉर्म दे नाल भी हाइड्रोजन बॉन्डिंग फॉर्म कर सकता है, जिस करके जो थोड़े सॉल्यूट ते सॉल्वेंट दी इंटरेक्शन इंक्रीज हो जाती है, जिस करके उन्हां दा बॉइलिंग पॉइंट वध जाता है, वेपर प्रेशर घटन करके ते उन्हां दी जो कर्व है वो की हो जाती है डाउनवर्ड शिफ्ट कर जाती है। आपां उसनूं नेगेटिव दिखाने ओके, क्योंकि थोड़ा जो फाइनल चीज है उसका वेपर प्रेशर घट रहा है तो आप की कहने हैं उसका जो वॉल्यूम ऑफ मिक्सिंग है वो भी ओवरऑल की हो जाती है डिक्रीज कर जाती है क्योंकि उसे वेपर प्रेशर कंपोनेंट घट जाता है। अगर वेपर घट रही नहीं तो आप कह सकते हैं गैस कंपोजिशन घट गया, तो अगर गैस की कंपोजिशन घट गई मतलब वॉल्यूम डिक्रीज कर गया। तो ओवरऑल यही चीज ऑब्जर्व की गई कि जो थोड़ी ओवरऑल बॉन्डिंग स्ट्रोंग होगी, बॉन्डिंग का मतलब फाइनल सॉल्यूट के सॉल्वेंट के बीच अगर रिलेशनशिप अच्छा है तो सिस्टम स्टेबल हो गया। सिस्टम स्टेबल होने के नाल सिस्टम की जो फाइनल एनर्जी है वह डिक्रीज कर गई, तो इनिशियल एनर्जी जो सॉल्यूट के सॉल्यूट की सी या सॉल्वेंट के सॉल्वेंट की सी वह थोड़े ज्यादा थी, तो जिस करके ओवरऑल जो एनर्जी का चेंज आया वह की आया थोड़ा नैगेटिव आया। तो देखो जो हुण तक आपां पढ़िया आइडियल ते नॉन आइडियल बारे ना थोड़ा तुहानूं डिफरेंशिएट कीता है कि आइडियल दे विच की हुंदी है थोड़ियां जो इंटरैक्शनस हुंदियां ने सॉल्यूट सॉल्यूट सॉल्वेंट सॉल्वेंट एंड सॉल्यूट ते सॉल्वेंट दे विच ओह की हुंदियां ने सिमिलर हुंदियां ने, जबकि अगर आपां नॉन आइडियल की गल करदे हां उत्थे की हुंदियां ने इह डिफरेंट हुंदियां ने। मोर ओवर अगर आपां आइडियल की गल करदे हां तां इत्थे मैं लिखवाया सी एंथैल्पी ऑफ मिक्सिंग ते वॉल्यूम ऑफ मिक्सिंग की आंदा है थोड़ा जीरो, पर इत्थे की आंदा है थोड़ा नॉन जीरो। आइडियल सॉल्यूशन दे विच रोल्स लॉ नूं कंपोनेंट फॉलो करदे ने, जबकि नॉन आइडियल सॉल्यूशन आर दोस सॉल्यूशंस विच डोंट फॉलो योर रोल्स लॉ। नेक्स्ट आंदे ने थोड़े एजियोट्रोप। एजियोट्रोप की हुंदे ने जनरली, इन्हां नूं आपां कॉमन नेम की दिंदे हां कॉन्सटेंट बॉइलिंग मिक्सचर। ठीक है, देखो कॉन्सटेंट बॉइलिंग मिक्सचर ते नाम से क्लियर हो रहा है एक ऐसा मिक्सचर दैट विल बॉयल एट योर कॉन्सटेंट टेम्परेचर।
ਇੱਕ ਐਸਾ ਮਿਕਸਚਰ ਮਤਲਬ ਆਪਾਂ ਦੋ ਕੰਪੋਨੈਂਟਸ ਦੀ ਕੰਪੋਜੀਸ਼ਨ ਨੂੰ ਐਦਾਂ ਮਿਕਸ ਕਰਾਂਗੇ ਦੋ ਉਹਦਾ ਸੋਲੂਸ਼ਨ ਬਣਾਉਣ ਦੇ ਲਈ ਕਿ ਦੋਨੋਂ ਕੰਪੋਨੈਂਟਸ ਹੈ ਉਹਨਾਂ ਦਾ ਜੋ ਬੋਇਲਿੰਗ ਪੁਆਇੰਟ ਹੈ ਉਹ ਕਾਂਸਟੈਂਟ ਹੋ ਜਾਏ। ਫੋਰ ਐਗਜ਼ਾਮਪਲ ਲੈਟਸ ਸੁਪੋਜ਼ ਕਿ ਮੰਨ ਲਓ ਏ ਕੰਪੋਨੈਂਟ ਹੈ ਉਸਦਾ ਬੋਇਲਿੰਗ ਪੁਆਇੰਟ 100 ਡਿਗਰੀ ਸੀ, ਬੀ ਕੰਪੋਨੈਂਟ ਹੈ ਉਸਦਾ ਜੋ ਬੋਇਲਿੰਗ ਪੁਆਇੰਟ ਹੈ ਉਹ 75 ਡਿਗਰੀ ਹੈ। ਪਰ ਵੈਨ ਯੂ ਆਰ ਐਡ ਔਨ ਦਾ ਮਿਕਸਚਰ, ਠੀਕ ਹੈ, ਤਾਂ ਦੋਨੋਂ ਜਦੋਂ ਸੋਲਿਊਸ਼ਨਸ ਨੂੰ ਉਹਨਾਂ ਨੂੰ ਮਿਕਸ ਕੀਤਾ, ਮੰਨ ਲਓ ਉਹਨਾਂ ਦਾ ਬੋਇਲਿੰਗ ਪੁਆਇੰਟ ਕਿੰਨਾ ਹੋ ਗਿਆ, 90 ਡਿਗਰੀ ਹੋ ਗਿਆ, ਤਾਂ 90 ਡਿਗਰੀ ਤੇ ਦੋਨੋਂ ਕੰਪੋਨੈਂਟਸ ਹੁਣ ਬੋਇਲ ਹੋ ਰਹੇ ਨੇ। ਤਾਂ ਇਸ ਤਰ੍ਹਾਂ ਦਾ ਕੰਪੋਨੈਂਟ ਜੋ ਤੁਹਾਡੇ ਇੱਕ ਕਾਂਸਟੈਂਟ ਟੈਂਪਰੇਚਰ ਤੇ ਬੋਇਲ ਕਰਦਾ ਹੈ, ਇਸ ਤਰ੍ਹਾਂ ਦਾ ਮਿਕਸਚਰ ਉਹਨੂੰ ਆਪਾਂ ਕੀ ਬੋਲਦੇ ਹਾਂ, ਐਜ਼ੀਓਟ੍ਰੋਪ। ਤੇ ਐਜ਼ੀਓਟ੍ਰੋਪ ਦੇ ਵਿੱਚ ਕੰਪੋਜੀਸ਼ਨ ਸੇਮ ਰਹਿੰਦੀ ਹੈ, ਮਤਲਬ ਕਿ ਤੁਸੀਂ ਏ ਦਾ ਤੇ ਬੀ ਦਾ ਕਿੰਨਾ ਕਿੰਨਾ ਪਰਸੈਂਟੇਜ ਮਿਕਸਚਰ ਦੇ ਵਿੱਚ ਪਾਇਆ ਹੈ। ਲੈਟਸ ਸੁਪੋਜ਼ ਕਿ ਇਸ ਦਾ ਆਪਾਂ 95% ਤੇ ਇਹ ਆਪਾਂ 5% ਲੈ ਕੇ ਮਿਕਸਚਰ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ, ਤੇ ਉਹ ਕੰਪੋਜੀਸ਼ਨ ਤੁਹਾਡੇ 90 ਡਿਗਰੀ ਸੈਲਸੀਅਸ ਤੇ ਕੀ ਹੋ ਰਹੀ ਹੈ, ਬੋਇਲ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ ਸਿਸਟਮ ਨੂੰ ਆਪਾਂ ਕੀ ਬੋਲਦੇ ਹਾਂ, ਤੁਹਾਡੇ ਕਾਂਸਟੈਂਟ ਬੋਇਲਿੰਗ ਮਿਕਸਚਰ, ਜਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਐਜ਼ੀਓਟ੍ਰੋਪ। ਐਜ਼ੀਓਟ੍ਰੋਪ ਨੂੰ ਆਪਾਂ ਦੋ ਟਾਈਪਸ ਦੇ ਵਿੱਚ ਡਿਵਾਈਡ ਕਰਦੇ ਹਾਂ, ਦੈਟ ਇਜ਼ ਮਿਨੀਮਮ ਬੋਇਲਿੰਗ ਐਜ਼ੀਓਟ੍ਰੋਪ ਐਂਡ ਮੈਕਸਿਮਮ ਬੋਇਲਿੰਗ। ਦੇਖੋ ਮਿਨੀਮਮ ਬੋਇਲਿੰਗ ਮਤਲਬ ਬੋਇਲਿੰਗ ਪੁਆਇੰਟ ਕੀ ਹੈ, ਇੱਥੇ ਲੋ ਬੋਇਲਿੰਗ ਪੁਆਇੰਟ। ਅਗਰ ਬੋਇਲਿੰਗ ਪੁਆਇੰਟ ਘੱਟ ਹੈ, ਦੈਟ ਮੀਨਸ ਵੇਪਰ ਪ੍ਰੈਸ਼ਰ ਜ਼ਿਆਦਾ ਹੈ, ਤੇ ਅਗਰ ਵੇਪਰ ਪ੍ਰੈਸ਼ਰ ਜ਼ਿਆਦਾ ਹੈ ਮਤਲਬ ਕੀ ਸ਼ੋ ਕਰੇਗਾ, ਉਹ ਪੋਜ਼ਿਟਿਵ ਡੇਵੀਏਸ਼ਨ। That means, ਜੋ ਵੀ ਪੁਆਇੰਟਸ ਆਪਾਂ ਪਿੱਛੇ ਪੜ ਕੇ ਆਏ ਹਾਂ ਫੋਰ ਪੋਜ਼ਿਟਿਵ ਡੇਵੀਏਸ਼ਨ, ਉਹ ਸਾਰੇ ਦੇ ਸਾਰੇ ਅਪਲਾਈ ਹੋਣਗੇ ਤੁਹਾਡੇ ਮਿਨੀਮਮ ਬੋਇਲਿੰਗ ਐਜ਼ੀਓਟ੍ਰੋਪ ਤੇ। ਔਨ ਦਾ ਅਦਰ ਹੈਂਡ, ਮੈਕਸੀਮਮ ਬੋਇਲਿੰਗ ਐਜ਼ੀਓਟ੍ਰੋਪ ਦਾ ਮਤਲਬ ਕੀ ਹੈ, ਬੋਇਲਿੰਗ ਪੁਆਇੰਟ ਕੀ ਹੋ ਰਿਹਾ ਇੱਥੇ, ਜ਼ਿਆਦਾ ਹੈ। ਅਗਰ ਬੋਇਲਿੰਗ ਪੁਆਇੰਟ ਜ਼ਿਆਦਾ ਹੈ, ਦੈਟ ਮੀਨਸ ਵੇਪਰ ਪ੍ਰੈਸ਼ਰ ਕੀ ਹੋਏਗਾ, ਘੱਟ ਜਾਏਗਾ। ਅਗਰ ਵੇਪਰ ਪ੍ਰੈਸ਼ਰ ਡਿਕਰੀਜ਼ ਕਰ ਰਿਹਾ ਹੈ, ਦੈਟ ਮੀਨਸ ਇੱਥੇ ਕੀ ਸ਼ੋ ਕਰੇਗਾ, ਉਹ ਨੈਗੇਟਿਵ ਡੈਵੀਏਸ਼ਨ। ਤਾਂ ਨੈਗੇਟਿਵ ਡੈਵੀਏਸ਼ਨ ਦੇ ਜਿੰਨੇ ਵੀ ਆਪਾਂ ਪੁਆਇੰਟਸ ਪਿੱਛੇ ਪੜ੍ਹੇ ਨੇ, ਉਹ ਸਾਰੇ ਦੇ ਸਾਰੇ ਕਾਤੇ ਐਪਲੀਕੇਬਲ ਹੋਣਗੇ ਤੁਹਾਡੇ ਮੈਕਸੀਮਮ ਬੋਇਲਿੰਗ ਐਜ਼ੀਓਟ੍ਰੋਪ, ਠੀਕ ਹੈ। ਮਿਨੀਮਮ ਬੋਇਲਿੰਗ ਦਾ ਮਤਲਬ ਕੀ ਹੈ ਕਿ ਜੋ ਵੀ ਤੁਸੀਂ ਕੰਪੋਨੈਂਟ ਲਓਗੇ ਏ ਤੇ ਬੀ, ਉਹਨਾਂ ਦੋਨਾਂ ਕੰਪੋਨੈਂਟ ਦਾ ਜੋ ਇੰਡੀਵਿਜੁਅਲ ਬੋਇਲਿੰਗ ਪੁਆਇੰਟ ਹੈ, ਤੇ ਜਦੋਂ ਤੁਸੀਂ ਉਸਨੂੰ ਮਿਕਸ ਕਰੋਗੇ, ਤਾਂ ਜੋ ਤੁਹਾਡਾ ਮਿਕਸਚਰ ਹੈ ਉਹ ਦੋਨਾਂ ਦੇ ਬੋਇਲਿੰਗ ਪੁਆਇੰਟ ਤੋਂ ਘੱਟ ਬੋਇਲਿੰਗ ਪੁਆਇੰਟ ਤੇ ਕੀ ਹੋਏਗਾ, ਬੋਇਲ ਹੋਏਗਾ। ਫੋਰ ਐਗਜ਼ਾਮਪਲ ਲੈਟ ਸਪੋਜ਼ ਕਿ ਏ ਦਾ ਬੋਇਲਿੰਗ ਪੁਆਇੰਟ ਕੀ ਹੈ ਤੁਹਾਡਾ, 100 ਹੈ, ਬੀ ਦਾ ਬੋਇਲਿੰਗ ਪੁਆਇੰਟ ਸਪੋਜ਼ 90 ਹੈ। ਤਾਂ ਜਦੋਂ ਤੁਸੀਂ ਦੋਨਾਂ ਦੀ ਕੰਪੋਜੀਸ਼ਨ ਨੂੰ ਮਿਕਸ ਕੀਤਾ, ਤਾਂ ਦੋਨੋਂ ਜੋ ਮਿਕਸਚਰ ਬਣਿਆ ਹੈ ਉਹ ਦੋਨਾਂ ਇੰਡੀਵਿਜੁਅਲੀ ਬੋਇਲਿੰਗ ਪੁਆਇੰਟ ਤੋਂ ਘੱਟ ਟੈਂਪਰੇਚਰ ਤੇ ਕੀ ਹੋਏਗਾ, ਬੋਇਲ ਹੋਏਗਾ। ਲੈਟ ਸਪੋਜ਼ 75 ਡਿਗਰੀ ਸੈਲਸੀਅਸ ਤੇ ਬੋਇਲ ਹੁੰਦਾ ਹੈ। ਔਨ ਦਾ ਅਦਰ ਹੈਂਡ, ਮੈਕਸੀਮਮ ਬੋਇਲਿੰਗ ਦਾ ਮਤਲਬ ਕੀ ਹੈ ਕਿ ਜੋ ਤੁਹਾਡਾ ਮਿਕਸਚਰ ਹੈ ਉਹ ਹਾਇਰ ਟੈਂਪਰੇਚਰ ਤੇ ਬੋਇਲ ਹੋਏਗਾ ਐਸ ਕੰਪੇਅਰ ਟੂ ਦੈਟ ਆਫ ਯੂਅਰ ਪਿਓਰ ਕੰਪੋਨੈਂਟ, ਐਸ ਕੰਪੇਅਰ ਟੂ ਦੈਟ ਆਫ ਯੂਅਰ ਪਿਓਰ ਕੰਪੋਨੈਂਟਸ। ਦੇਖੋ ਪੋਜ਼ਿਟਿਵ ਤੇ ਨੈਗੇਟਿਵ ਡੇਵੀਏਸ਼ਨ ਆਪਾਂ ਆਲਰੇਡੀ ਪਿੱਛੇ ਪੜ ਚੁੱਕੇ ਹਾਂ, ਹੈ ਨਾ, ਤਾਂ ਮੈਨੂੰ ਨਹੀਂ ਲੱਗਦਾ ਹੁਣ ਮੈਨੂੰ ਦੁਬਾਰਾ ਇਹ ਪੁਆਇੰਟ ਤੁਹਾਨੂੰ ਦੱਸਣ ਦੀ ਜ਼ਰੂਰਤ ਹੈ, ਠੀਕ ਹੈ। ਆਪਾਂ ਅੱਗੇ ਮੂਵ ਕਰਦੇ ਹਾਂ। ਨੈਕਸਟ, ਤੁਹਾਡੀਆਂ ਜੋ ਮੇਨ ਕਈ ਵਾਰ ਕੁਐਸਚਨ ਜੋ ਤੁਹਾਡੇ ਪੇਪਰ 'ਚ ਆਉਂਦਾ ਹੈ ਨੂਮੈਰੀਕਲ, ਉਹ ਜਨਰਲੀ ਇਹਨਾਂ ਕੋਲੀਗੇਟਿਵ ਪ੍ਰੋਪਰਟੀਜ਼ ਤੋਂ ਆਉਂਦਾ ਹੈ। ਤਾਂ ਇਹਨਾਂ ਇਹ ਕੋਲੀਗੇਟਿਵ ਪ੍ਰੋਪਰਟੀਜ਼ ਚਾਰ ਹੁੰਦੀਆਂ ਨੇ, ਚਾਰਾਂ ਤੋਂ ਕਿਸੇ ਵੀ ਇੱਕ ਉਸ ਕੋਲੀਗੇਟਿਵ ਪ੍ਰੋਪਰਟੀ 'ਚੋਂ ਤੁਹਾਡਾ ਕੁਐਸਚਨ ਪੇਪਰ 'ਚ ਫਰੇਮ ਹੋ ਸਕਦਾ ਹੈ ਨੂਮੈਰੀਕਲ। ਤਾਂ ਆਪਾਂ ਇਹਨਾਂ 'ਤੇ ਜ਼ਿਆਦਾ ਐਮਫੈਸਾਈਜ਼ ਕਰਾਂਗੇ, ਇਹਨਾਂ ਦੇ ਕੁਐਸਚਨਸ ਵੀ ਪ੍ਰੈਕਟਿਸ ਕਰਾਂਗੇ, ਹੈ ਨਾ, ਓਬਜੈਕਟਿਵ ਕਿ ਕਿੱਦਾਂ ਐਮਸੀਕਿਊ ਫਰੇਮ ਹੋ ਸਕਦੇ ਨੇ, ਨੂਮੈਰੀਕਲ ਕਿੱਦਾਂ ਫਰੇਮ ਹੋ ਸਕਦੇ ਨੇ। ਬਟ ਬਿਫੋਰ ਗੋਇੰਗ ਦੈਟ, ਫਸਟ ਆਪਾਂ ਦੇਖ ਲੈਂਦੇ ਹਾਂ ਕੋਲੀਗੇਟਿਵ ਪ੍ਰੋਪਰਟੀਜ਼ ਹੁੰਦੀਆਂ ਕੀ। ਤਾਂ ਕੋਲੀਗੇਟਿਵ ਪ੍ਰੋਪਰਟੀਜ਼ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਤੁਹਾਡੀਆਂ, ਹੈ ਨਾ, ਜੋ ਸਿਰਫ ਡਿਪੈਂਡ ਕਰਦੀਆਂ ਨੇ ਤੁਹਾਡੀਆਂ ਨੰਬਰ ਆਫ ਪਾਰਟੀਕਲਸ ਦੀ, ਕਿੰਨੇ ਪਾਰਟੀਕਲਸ ਕਿਸੇ ਵੀ ਮਿਕਸਚਰ ਦੇ ਵਿੱਚ ਪ੍ਰੈਜੈਂਟ ਨੇ, ਉਹਨਾਂ ਦੇ ਨੇਚਰ ਤੇ ਡਿਪੈਂਡ ਨਹੀਂ ਕਰਦੀਆਂ ਕਿ ਉਹਦਾ ਨੇਚਰ ਕਿੱਦਾਂ ਦਾ ਹੈ, ਪੋਲਰ ਹੈ, ਨੋਨ ਪੋਲਰ ਹੈ, ਦੈਟ ਡਜ਼ਨਟ ਮੈਟਰ। ਡਿਪੈਂਡ ਕਰੇਗਾ ਸਿਰਫ ਤੇ ਸਿਰਫ ਉਹਨਾਂ ਦੇ ਨੰਬਰ ਤੇ ਕਿ ਨੰਬਰ ਆਫ ਸਲਿਊਟ ਪਾਰਟੀਕਲਸ ਕਿੰਨੇ। ਪੁਆਇੰਟ ਕਲੀਅਰ ਹੈ? ਤਾਂ ਇਹਦੇ ਵਿੱਚ ਚਾਰ ਕੋਲੀਗੇਟਿਵ ਪ੍ਰੋਪਰਟੀਜ਼ ਪੜਾਂਗੇ। ਫਸਟ ਵਨ ਇਜ਼ ਯੂਅਰ ਰਿਲੇਟਿਵ ਲੋਅਰਿੰਗ ਆਫ ਪੇਪਰ ਪ੍ਰੈਸ਼ਰ, ਸੈਕਿੰਡ ਵਨ ਇਜ਼ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ, ਥਰਡ ਵਨ ਇਜ਼ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ, ਐਂਡ ਦਾ ਫੋਰਥ ਵਨ ਇਜ਼ ਯੂਅਰ ਓਸਮੋਟਿਕ ਪ੍ਰੈਸ਼ਰ। ਸਮਟਾਈਮਸ ਤੁਹਾਨੂੰ ਪੇਪਰ 'ਚ ਸਿੱਧਾ ਕੁਸ਼ਚਨ ਆਹੀ ਪੁੱਛ ਲੈਂਦੇ ਨੇ ਕਿ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਅ ਕੋਲੀਗੇਟਿਵ ਪ੍ਰੋਪਰਟੀ। ਤਾਂ ਤੁਹਾਨੂੰ ਚਾਰੇ ਕੋਲੀਗੇਟਿਵ ਪ੍ਰੋਪਰਟੀਜ਼ ਦੇ ਨਾਮ ਪਤਾ ਹੋਣੇ ਚਾਹੀਦੇ ਨੇ। ਫਸਟ ਵਨ ਇਜ਼ ਯੂਅਰ ਰਿਲੇਟਿਵ ਲੋਅਰਿੰਗ ਆਫ ਪੇਪਰ ਪ੍ਰੈਸ਼ਰ, ਸੈਕਿੰਡ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ, ਥਰਡ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ,
फोर्थ ओसमोटिक प्रेशर। तो आप वन बाय वन करके इन्हें स्टडी करना स्टार्ट कर देना। तो फर्स्ट वन इज योर रिलेटिव लोअरिंग ऑफ वेपर प्रेशर। तो देखो नाम तो पहला मैं तुम्हें नाम क्लियर कर दिना हाँ कि मतलब की है। देखो जो आप वर्ड यूज करते हैं रिलेटिव दैट मीनस आप कर रहे हैं विद द रिस्पैक्ट टू समथिंग। तो आप किसी चीज के रिस्पैक्ट के नाल दसना है। नेक्स्ट पॉइंट की लोअरिंग। लोअरिंग मतलब की हो रहा है डिक्रीज हो रहा है। की डिक्रीज हो रहा है वेपर प्रेशर। तो थोनू पता है मैं थोनू कल भी पढ़ाया सी कि अगर तुसीं दो चीजां नू मिक्स करोगे तो उन्हां दा जो वेपर प्रेशर है उससे प्योर कंपोनेंट तो की हो जाता है डिक्रीज हो जाता है। तो वो कितना डिक्रीज होता है देखो अगर मान लो स्टार्टिंग दे विच कितना सी हो P1 नॉट सी प्योर दा फाइनल कितना हो गया P1 तो कितना डिक्रीज कर गया वेपर प्रेशर P1 नॉट माइनस P1। तो लोअरिंग ऑफ वेपर प्रेशर कितना हो गया उसका P1 नॉट माइनस P1। रिलेटिव किस दे रिस्पेक्ट ना दस रहे हो आप उसे प्योर कंपोनेंट दे रिस्पेक्ट ना दसते हाँ ता करके आप डिवाइड की लिखांगे P1 नॉट। अगर थोनों लोअरिंग ऑफ वेपर प्रेशर पूछा जाता है तो यू विल आंसर P1 नॉट माइनस P1। इफ दे आर टॉकिंग अबाउट रिलेटिव लोअरिंग इन वेपर प्रेशर देन यू विल डिवाइड योर लोअरिंग ऑफ वेपर प्रेशर विद P1 नॉट and that is equal to mole fraction of your solute. Mole fraction of solute nu apa x2 na represent karde ha te mole fraction ka de equal hoega number of moles of solute divided by your total number of moles of your solute plus solvent. Dekho sometimes ki hunda hai ki jo thoda solution hai oh bahut hi zyada ki hunda hai diluted hunda hai. Diluted da matlab ki hunda hai ki utthe jo solute di अमाउंट है सल्यूट की लिखता है तुसे इथे n1 इज द नंबर ऑफ सॉरी इथे n2 लिखता है सॉरी n2 इज द नंबर ऑफ योर सल्यूट। तो आपा अगर डाइल्यूट सल्यूशन दी गल करते हैं क्योंकि जनरली जो थोड़े रोल्स लो या आइडियल सल्यूशन है वो डाइल्यूट सल्यूशन ते ही एप्लीकेबल होते हैं। तो n2 की हो जाएगा थोड़ा बहुत ही ज्यादा घट जाएगा क्योंकि डाइल्यूट सल्यूशन दे लई सल्यूट दा जो अमाउंट है बहुत ही की हुंदा है ਕੱਟ ਹੁੰਦਾ ਹੈ। ਤਾਂ ਡਾਈਲੂਟ ਸੋਲੂਸ਼ਨ ਦੇ ਲਈ ਆਪਾਂ n2 ਨੂੰ ਕੀ ਕਰ ਸਕਦੇ ਹਾਂ ਨਿਗਲੈਕਟ ਕਰ ਸਕਦੇ ਹਾਂ। ਤਾਂ ਜੋ ਤੁਹਾਡਾ ਉੱਪਰ ਵਾਲਾ ਐਕਸਪ੍ਰੈਸ਼ਨ ਸੀ ਉਹ ਕਾਦੇ ਵਿੱਚ ਕਨਵਰਟ ਹੋ ਜਾਏਗਾ ਤੁਹਾਡਾ ਲੋਅਰਿੰਗ ਆਫ ਵੇਪਰ ਪ੍ਰੈਸ਼ਰ ਡਿਵਾਈਡਡ ਬਾਈ ਇਟਸ ਪਿਓਰ ਸਟੇਟ ਵੇਪਰ ਪ੍ਰੈਸ਼ਰ ਦੈਟ ਮੀਨਸ ਯੂਅਰ ਰਿਲੇਟਿਵ ਲੋਅਰਿੰਗ ਆਫ ਵੇਪਰ ਪ੍ਰੈਸ਼ਰ ਇਜ਼ ਇਕੁਅਲ ਟੂ n2 ਬਾਈ n1 ਕਿਉਂਕਿ ਇੱਥੇ ਤੁਸੀਂ n2 ਨੂੰ ਕੀ ਕਰਤਾ ਨਿਗਲੈਕਟ ਕਰਤਾ। ਹੁਣ ਦੇਖੋ n2 ਕੀ ਹੈ ਤੁਹਾਡੇ ਮੋਲਸ ਆਫ ਸੋਲੂਟ। ਤਾਂ ਮੋਲਸ ਕਾਦੇ ਇਕੁਅਲ ਹੋਣਗੇ ਵੇਟ ਆਫ ਸੋਲੂਟ ਡਿਵਾਈਡਡ ਬਾਈ ਮੋਲਰ ਮਾਸ ਆਫ ਯੂਅਰ ਸੋਲੂਟ n1 ਕੀ ਹੈ ਮੋਲਸ ਆਫ ਯੂਅਰ ਸੋਲਵੈਂਟ। ਤੇ ਮੋਲਸ ਆਫ ਸੋਲਵੈਂਟ ਕਾਦੇ ਇਕੁਅਲ ਹੋਏਗਾ ਮਾਸ ਆਫ ਸੋਲਵੈਂਟ ਡਿਵਾਈਡਡ ਬਾਈ ਮੋਲਰ ਮਾਸ ਆਫ ਯੂਅਰ ਸੋਲਵੈਂਟ। ਤਾਂ ਤੁਹਾਡਾ ਜੋ ਰਿਲੇਟਿਵ ਲੋਅਰਿੰਗ ਆਫ ਵੇਪਰ ਪ੍ਰੈਸ਼ਰ ਹੈ ਉਹ ਕਾਦੇ ਇਕੁਅਲ ਬਣ ਜਾਏਗਾ ਆਹ ਫਾਰਮੂਲਾ ਤੁਹਾਡੇ ਮਾਈਂਡ ਦੇ ਵਿੱਚ ਆ ਜਾਏਗਾ। ਤਾਂ ਕੁਐਸਚਨ ਲਿਖੋ ਪਹਿਲਾ ਕੁਐਸਚਨ ਤੁਹਾਡਾ ਹੈ ਵੇਪਰ ਪ੍ਰੈਸ਼ਰ ਆਫ ਯੂਅਰ ਪਿਓਰ ਲਿਕੁਇਡ is 100 mmHg. Vapor pressure of pure liquid ਦਿੱਤਾ ਹੈ ਮਤਲਬ PA not ਦਿੱਤਾ ਹੈ ਤੁਹਾਨੂੰ ਠੀਕ ਹੈ। ਇੱਥੇ ਤੁਸੀਂ A ਨੂੰ solvent ਲੈ ਲਓ B ਨੂੰ ਤੁਸੀਂ solution ਲੈ ਸਕਦੇ ਹੋ B ਨੂੰ solute ਲੈ ਲਓ। Calculate the relative lowering in vapor pressure if mole fraction of solvent is 0.8. ਪਰ ਦੇਖੋ according to your law relative lowering of vapor pressure ਕਾਦੇ ਇਕੁਅਲ ਹੁੰਦਾ ਹੈ mole fraction of solute mole fraction of solute but ethe ki ditta hai tonu mole fraction of solvent tonu pata hai mole fraction dono nu agar add karoge solute te solvent nu that is equal to 1 and tonu x a di value ditti hui hai 0.8 ta karke tusi x b kad sakde ho x b kinna aega 1 minus 0.8 that means kade equal aa jayega 0.2 de ta relative thoda jo mole fraction hai o kade equal aa gaya solute da 0.2 तो उन्होंने पूछा सी रिलेटिव लोअरिंग इन वेपर प्रेशर दसो। तो रिलेटिव लोअरिंग इन वेपर प्रेशर का इक्वल होता है योर मोल फ्रैक्शन ऑफ सॉल्यूट तो वो कितना आ गया 0.2 का इक्वल आ गया वो थोड़े 0.2 दे। नेक्स्ट क्वेश्चन है थोड़ा एक्वस सॉल्यूशन ऑफ ग्लूकोज वाज प्रिपेयर्ड बाय डिसॉल्विंग 18 ग्राम ऑफ ग्लूकोज इन 90 ग्राम वाटर। देखो थोड़े को जो ग्लूकोज है दैट इज योर सॉल्यूट ਤਾਂ ਸਲਿਊਟ ਕਿੰਨਾ ਗਿਵਨ ਹੈ 18 ਗ੍ਰਾਮ ਸੋਲਵੈਂਟ ਕਿੰਨਾ ਗਿਵਨ ਹੈ ਤੁਹਾਡੇ ਕੋਲੇ 90 ਗ੍ਰਾਮ ਠੀਕ ਹੈ। ਉਹ ਕਹਿ ਰਹੇ ਨੇ ਰਿਲੇਟਿਵ ਲੋਅਰਿੰਗ ਆਫ ਵੇਪਰ ਪ੍ਰੈਸ਼ਰ ਦੱਸੋ।
ਦਾ ਰਿਲੇਟਿਵ ਲੋਅਰਿੰਗ ਆਫ ਵੇਪਰ ਪ੍ਰੈਸ਼ਰ ਤੁਹਾਨੂੰ ਪਤਾ ਹੈ ਦੈਟ ਇਜ਼ ਇਕੁਅਲ ਟੂ ਦਾ ਮੋਲ ਫਰੈਕਸ਼ਨ ਆਫ ਯੂਅਰ ਸਲਿਊਟ। ਤਾਂ ਮੋਲ ਫਰੈਕਸ਼ਨ ਆਫ ਸਲਿਊਟ ਕਾਹਦੇ ਇਕੁਅਲ ਹੋਏਗਾ, ਮਤਲਬ ਤੁਸੀਂ ਮੋਲਸ ਕੈਲਕੂਲੇਟ ਕਰਨੇ ਨੇ ਹਨਾ, ਤਾਂ ਮੋਲਸ ਕੈਲਕੂਲੇਟ ਕਰ ਲਓ। ਸਲਿਊਟ ਦੇ ਮੋਲਸ ਕਿੰਨੇ ਆਣਗੇ, ਦੇਖੋ ਮਾਸ ਗਿਵਨ ਮਾਸ ਡਿਵਾਈਡਡ ਬਾਈ ਮੋਲਰ ਮਾਸ। ਤਾਂ ਗਲੂਕੋਜ਼ ਦਾ ਮੋਲਰ ਮਾਸ ਕਿੰਨਾ ਹੁੰਦਾ ਹੈ, ਆਈ ਥਿੰਕ 180 ਹੁੰਦਾ ਹੈ ਹਨਾ। ਤਾਂ ਕਾਹਦੇ ਇਕੁਅਲ ਆ ਜਾਏਗਾ, ਮੋਲਸ ਕਿਹਦੇ ਇਕੁਅਲ ਆ ਜਾਣਗੇ 0.1। ਸਲਿਊਟ ਦੇ ਮੋਲਸ ਕਿੰਨੇ ਆ ਗਏ ਤੁਹਾਡੇ ਕੋਲ 0.1। ਸੋਲਵੈਂਟ ਦੇ ਮੋਲਸ ਕੱਢੋ, ਮਾਸ ਕਿੰਨਾ ਹੈ 90 ਐਂਡ ਮੋਲਰ ਮਾਸ ਕਿੰਨਾ ਹੁੰਦਾ ਹੈ ਵਾਟਰ ਦਾ 18, ਸੋ ਦੈਟ ਮੀਨਸ ਮੋਲਸ ਕਿੰਨੇ ਆ ਗਏ 5 ਮੋਲਸ ਹਨਾ। ਤਾਂ ਮੋਲ ਫ੍ਰੈਕਸ਼ਨ ਕਾਹਦੇ ਇਕੁਅਲ ਆਏਗਾ, ਮੋਲ 5.1 + 5 ਹੈ ਨਾ। ਤਾਂ ਇਸ ਨੂੰ ਤੁਸੀਂ ਸੋਲਵ ਕਰ ਲਿਓ, ਜੋ ਵੀ ਆਨਸਰ ਆਏਗਾ ਦੈਟ ਵਿਲ ਗਿਵ ਯੂਅਰ ਰਿਲੇਟਿਵ ਲੋਅਰਿੰਗ ਆਫ ਯੂਅਰ ਵੇਪਰ ਪ੍ਰੈਸ਼ਰ। ਦੇਖੋ ਸੈਕਿੰਡ ਥੋੜਾ ਜੋ ਆਂਦਾ ਹੈ ਦੈਟ ਇਜ਼ ਯੂਅਰ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਤਾਂ ਸਭ ਤੋਂ ਪਹਿਲਾਂ ਤਾਂ ਇਹ ਸਮਝ ਲੈਂਦੇ ਹਾਂ ਕਿ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਕਿਉਂ ਹੈ। ਤਾਂ ਦੇਖੋ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਤੁਸੀਂ ਦੋ ਕੰਪੋਨੈਂਟ ਨੂੰ ਮਿਕਸ ਕਰਕੇ ਇੱਕ ਮਿਕਸਚਰ ਬਣਾਉਂਦੇ ਹੋ ਤਾਂ ਮਿਕਸਚਰ ਦੇ ਵਿੱਚ ਪਿਓਰ ਕੰਪੋਨੈਂਟ ਦਾ ਵੇਪਰ ਪ੍ਰੈਸ਼ਰ ਡਿਕਰੀਜ਼ ਕਰ ਜਾਂਦਾ ਹੈ। ਅਗਰ ਵੇਪਰ ਪ੍ਰੈਸ਼ਰ ਡਿਕਰੀਜ਼ ਕਰੇਗਾ ਤਾਂ ਨੈਚੁਰਲ ਜੀ ਗੱਲ ਹੈ ਉਸ ਸਬਸਟਾਂਸ ਦਾ ਬੋਇਲਿੰਗ ਪੁਆਇੰਟ ਕੀ ਹੋ ਜਾਏਗਾ, ਤੁਹਾਡਾ ਇਨਕਰੀਜ਼ ਹੋਏਗਾ। ਤਾਂ ਐਲੀਵੇਸ਼ਨ ਦਾ ਮਤਲਬ ਕੀ ਹੁੰਦਾ ਹੈ, ਇਨਕਰੀਜ਼ ਹੋਣਾ। ਤਾਂ ਤੁਹਾਡਾ ਜੋ ਬੋਇਲਿੰਗ ਪੁਆਇੰਟ ਹੈ ਉਹ ਕੀ ਹੋ ਜਾਂਦਾ ਹੈ, ਤੁਹਾਡਾ ਇਨਕਰੀਜ਼ ਹੋ ਜਾਂਦਾ ਹੈ। ਤਾਂ ਕਰਕੇ ਇਹ ਕੀ ਇੱਕ ਤੁਹਾਡੀ ਕੋਲੀਗੇਟਿਵ ਪ੍ਰੋਪਰਟੀ ਹੈ, ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ। ਪੁਆਇੰਟ ਕਲੀਅਰ ਹੈ। ਦੇਖੋ ਗ੍ਰਾਫ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ ਗ੍ਰਾਫੀਕਲ ਨਹੀਂ ਆਉਣਾ, ਠੀਕ ਹੈ। ਤਾਂ ਆਪਾਂ ਜੋ ਮੇਨ ਪੁਆਇੰਟ ਹੈ ਬਸ ਉਹ ਵੀ ਡਿਸਕਸ ਕਰਾਂਗੇ ਕਿ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਦੇ ਵਿੱਚ ਕੀ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਆਪਾਂ ਦੋ ਮਿਕਸਚਰ ਲੈਂਦੇ ਹਾਂ ਤਾਂ ਉਹਦਾ ਜੋ ਪਿਓਰ ਕੰਪੋਨੈਂਟ ਦੇ ਕੰਪੈਰੀਜ਼ਨ ਦੇ ਵਿੱਚ ਮਿਕਸਚਰ ਦੇ ਵਿੱਚ ਉਸਦਾ ਵੇਪਰ ਪ੍ਰੈਸ਼ਰ ਡਿਕਰੀਜ਼ ਕਰ ਜਾਂਦਾ ਹੈ, ਬੋਇਲਿੰਗ ਪੁਆਇੰਟ ਇਨਕਰੀਜ਼ ਕਰਦਾ ਹੈ। ਤਾਂ ਕਰਕੇ ਆਪਾਂ ਕੀ ਲਿਖ ਰਹੇ ਹਾਂ, ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ, ਠੀਕ ਹੈ। ਤਾਂ ਕਿੰਨਾ ਚੇਂਜ ਆਇਆ, ਕਿੰਨਾ ਵਧਿਆ ਤੁਹਾਡਾ ਬੋਇਲਿੰਗ ਪੁਆਇੰਟ, ਕਿੰਨਾ ਇਨਕਰੀਜ਼ ਹੋਇਆ, ਕਾਹਦੇ ਇਕੁਅਲ ਹੋਏਗਾ, ਤੁਹਾਡਾ ਫਾਈਨਲ ਬੋਇਲਿੰਗ ਪੁਆਇੰਟ ਮਾਈਨਸ ਇਨੀਸ਼ੀਅਲ ਬੋਇਲਿੰਗ ਪੁਆਇੰਟ, ਜਿਸ ਨੂੰ ਆਪਾਂ ਰੀਪ੍ਰੈਜ਼ੈਂਟ ਕਰਦੇ ਹਾਂ ਤੁਹਾਡਾ ਡੈਲਟਾ ਟੀਬੀ। ਡੈਲਟਾ ਜੋ ਟੀਬੀ ਹੈ, ਇਹ ਚੀਜ਼ ਓਬਜ਼ਰਵ ਕੀਤੀ ਗਈ ਕਿ ਜੋ ਤੁਹਾਡਾ ਐਲੀਵੇਸ਼ਨ ਹੈ ਬੋਇਲਿੰਗ ਪੁਆਇੰਟ ਦੇ ਵਿੱਚ ਕਿੰਨਾ ਇਨਕਰੀਜ਼ ਹੋਇਆ, ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਯੂਅਰ ਮੋਲੈਲਿਟੀ। ਉਹ ਕਾਹਦੀ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਮੋਲੈਲਿਟੀ। ਤੇ ਮੋਲੈਲਿਟੀ ਤੁਹਾਨੂੰ ਪਤਾ ਹੈ ਕਾਹਦੇ ਇਕੁਅਲ ਹੁੰਦੀ ਹੈ, ਨੰਬਰ ਆਫ ਮੋਲਸ ਆਫ ਸਲਿਊਟ ਪਰ ਕੇਜੀ ਸੋਲਵੈਂਟ। ਕਿਉਂਕਿ ਦੇਖੋ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਮੋਲੈਲਿਟੀ ਤੇ ਡਿਪੈਂਡ ਕਰਦੀ ਹੈ, ਤੇ ਮੋਲੈਲਿਟੀ ਕਾਹਤੇ ਡਿਪੈਂਡ ਕਰਦੀ ਹੈ, ਤੁਹਾਡੇ ਨੰਬਰ ਆਫ ਸਲਿਊਟ ਤੇ। ਤੇ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਜੋ ਤੁਹਾਡੇ ਨੰਬਰ ਆਫ ਪਾਰਟੀਕਲਸ ਤੇ ਡਿਪੈਂਡ ਕਰਦੀਆਂ ਨੇ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਕੋਲੀਗੇਟਿਵ ਪ੍ਰੋਪਰਟੀ। ਤਾਂ ਕਰਕੇ ਜੋ ਤੁਹਾਡੀ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਹੈ, ਦੈਟ ਇਜ਼ ਯੂਅਰ ਵਨ ਆਫ ਦਾ ਕੋਲੀਗੇਟਿਵ ਪ੍ਰੋਪਰਟੀ। ਤਾਂ ਜਦੋਂ ਤੁਸੀਂ ਪ੍ਰੋਪੋਰਸ਼ਨੈਲਿਟੀ ਦਾ ਇੱਥੇ ਸਾਈਨ ਹਟਾਉਂਦੇ ਹੋ, ਤਾਂ ਯੂ ਵਿਲ ਇੰਟਰੋਡਿਊਸਡ ਅ ਕਾਂਸਟੈਂਟ ਕੇਬੀ, ਦੈਟ ਇਜ਼ ਨੋਨ ਐਜ਼ ਯੂਅਰ ਮੋਲਰ ਐਲੀਵੇਸ਼ਨ ਕਾਂਸਟੈਂਟ ਜਾਂ ਐਲੂਬੀਓਸਕੋਪਿਕ ਕਾਂਸਟੈਂਟ। ਧਿਆਨ ਰੱਖਣਾ, ਸਮਟਾਈਮਸ ਪੇਪਰ 'ਚ ਕੁਐਸਚਨ ਤੁਹਾਡਾ ਐਬੀਲੀਓਸਕੋਪਿਕ ਕਾਂਸਟੈਂਟ ਤੇ ਵੀ ਪੁੱਛਿਆ ਜਾ ਸਕਦਾ ਹੈ, ਦੈਟ ਇਜ਼ ਯੂਅਰ ਮੋਲਰ ਐਲੀਵੇਸ਼ਨ ਕਾਂਸਟੈਂਟ, ਦੈਟ ਇਜ਼ ਯੂਅਰ ਮੋਲਰ ਐਲੀਵੇਸ਼ਨ ਕਾਂਸਟੈਂਟ। ਨੈਕਸਟ ਦੇਖੋ, ਹੁਣ ਦੇਖੋ ਮੋਲੈਲਿਟੀ ਤੁਹਾਡੀ ਐਮ ਹੈ, ਤਾਂ ਮੋਲੈਲਿਟੀ ਨੂੰ ਆਪਾਂ ਕਿੱਦਾਂ ਐਕਸਪ੍ਰੈਸ ਕਰਾਂਗੇ। ਤਾਂ ਦੇਖੋ ਮੋਲੈਲਿਟੀ ਕਾਹਦੇ ਇਕੁਅਲ ਆਉਂਦੀ ਹੈ, ਧਿਆਨ ਰੱਖਣਾ ਉਹ ਕਾਹਦੇ ਇਕੁਅਲ ਆਏਗੀ। ਮੋਲੈਲਿਟੀ ਵੈਸੇ ਤੁਹਾਨੂੰ ਮੈਂ ਦੱਸਿਆ ਸੀ, ਮੋਲੈਲਿਟੀ ਕਾਹਦੇ ਇਕੁਅਲ ਹੁੰਦੀ ਹੈ, ਤੁਹਾਡੇ ਨੰਬਰ ਆਫ ਮੋਲਸ ਆਫ ਸਲਿਊਟ ਇਨ 1000 ਗ੍ਰਾਮ ਸੋਲਵੈਂਟ, ਹੈ ਨਾ। 1000 ਗ੍ਰਾਮ ਸੋਲਵੈਂਟ ਦੇ ਵਿੱਚ ਕਿੰਨੇ ਨੰਬਰ ਆਫ ਮੋਲਸ ਤੁਹਾਡੇ ਸਲਿਊਟ ਦੇ ਪ੍ਰੈਜੈਂਟ, ਠੀਕ ਹੈ। ਮੈਂ ਤੁਹਾਨੂੰ ਪਿੱਛੇ ਡਰਾਈਵ ਕਰਕੇ ਦਿਖਾਉਂਦਾ ਹਾਂ। ਦੇਖੋ ਤੁਸੀਂ ਆਪਾਂ ਕੀ ਕਰਦੇ ਹਾਂ, ਨੰਬਰ ਆਫ ਮੋਲਸ ਕੈਲਕੂਲੇਟ ਕਰਦੇ ਹਾਂ ਨਾ, ਕਿ 1000 ਗ੍ਰਾਮ ਦੇ ਵਿੱਚ, 1000 ਗ੍ਰਾਮ ਦੇ ਵਿੱਚ, ਦੇਖੋ ਸੋਰੀ 1000 ਨਹੀਂ, ਆਪਣੇ ਕੋਲ ਹਜੇ ਮਾਸ ਕਿੰਨਾ ਗਿਵਨ, ਆਪਾਂ ਪਿੱਛੇ ਲੈ ਕੇ ਚੱਲੇ ਸੀ ਆਪਣੇ ਕੋਲੇ M1, ਸੋਰੀ W1 ਲਿੱਤਾ ਸੀ, ਹੈ ਨਾ। W1 ਦੇ ਵਿੱਚ ਕਿੰਨੇ ਮੋਲਸ ਨੇ ਤੁਹਾਡੇ ਕੋਲ, ਵੇਟ ਆਫ ਯੂਅਰ ਸਲਿਊਟ ਡਿਵਾਈਡਡ ਬਾਈ ਯੂਅਰ ਮੋਲੀਕੂਲਰ ਵੇਟ ਆਫ ਯੂਅਰ ਸਲਿਊਟ। ਤਾਂ ਇਹ ਤੁਹਾਡੇ ਕੀ ਆ ਗਏ, ਇੰਨੇ ਮੋਲਸ ਪ੍ਰੈਜੈਂਟ ਨੇ ਤੁਹਾਡੇ ਸਲਿਊਟ ਦੇ ਇਨ W1 weight of your solvent. ਪਰ ਮੋਲੈਲਿਟੀ ਕੀ ਹੁੰਦੀ ਹੈ ਤੁਹਾਡੀ, 1000 ਗ੍ਰਾਮ ਦੇ ਵਿੱਚ ਕਿੰਨੇ ਨੇ, ਤਾਂ 1000 ਗ੍ਰਾਮ ਚ ਕਿੰਨੇ ਹੋਣਗੇ, W2 ਬਾਈ M2 ਇੰਟੂ 1000 ਡਿਵਾਈਡਡ ਬਾਈ W1। ਤਾਂ ਜੋ ਆਹ ਮੋਲਸ ਆਏ ਨੇ, ਇਹ ਕੀ ਹੋ ਗਈ ਤੁਹਾਡੀ ਇੱਥੇ ਮੋਲੈਲਿਟੀ, ਆਹ ਕੀ ਬਣ ਗਈ ਤੁਹਾਡੀ ਇੱਥੇ ਮੋਲੈਲਿਟੀ। ਇੱਥੇ ਤੱਕ ਪਹਿਲਾਂ ਦੱਸੋ ਕਲੀਅਰ ਹੈ।
ਤਾਂ ਦੇਖੋ ਇੱਥੇ ਮੋਲੈਲਿਟੀ ਦਾ ਮੈਂ ਉਹ ਵੀ ਫਾਰਮੂਲਾ ਤੇ ਲਿਖਿਆ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਤਾਂ ਕਰਕੇ ਮੈਂ ਪਿੱਛੇ ਡਰਾਈਵ ਕਰਕੇ ਦਿਖਾਤਾ ਠੀਕ ਹੈ ਹੁਣ ਦੇਖੋ ਡੈਲਟਾ ਟੀਬੀ ਹੈ ਉਹ ਕਾਹਦੇ ਇਕੁਅਲ ਹੁੰਦਾ ਹੈ ਕੇਬੀ ਇਨਟੂ ਮੋਲੈਲਿਟੀ ਮੋਲੈਲਿਟੀ ਦੀ ਵੈਲਿਊ ਆਪਾਂ ਇੱਥੇ ਰੱਖ ਦਾਂਗੇ ਠੀਕ ਹੈ ਤਾਂ ਅਗਰ ਤੁਹਾਨੂੰ ਪੇਪਰ ਦੇ ਵਿੱਚ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਦਿੱਤਾ ਹੈ ਸਭ ਕੁਝ ਦਿੱਤਾ ਹੈ ਅਗਰ ਤੁਹਾਨੂੰ ਪੁੱਛਦੇ ਨੇ ਕਿ ਕੈਲਕੂਲੇਟ ਕਰੋ ਮੋਲਰ ਮਾਸ ਆਫ ਯੂਅਰ ਸੋਲਿਊਟ ਤਾਂ ਤੁਸੀਂ ਇਕੁਏਸ਼ਨ ਨੂੰ ਰੀਅਰੇਂਜ ਕਰਕੇ ਕੈਲਕੂਲੇਟ ਕਰ ਸਕਦੇ ਪੁਆਇੰਟ ਕਲੀਅਰ ਹੈ ਨੈਕਸਟ ਇੰਪੋਰਟੈਂਟ ਪੁਆਇੰਟ ਹੈ ਕਿ ਜੋ ਇੱਥੇ ਥੋੜਾ ਕੇਬੀ ਹੈ ਜਿਸ ਨੂੰ ਆਪਾਂ ਲਿਖਦੇ ਹਾਂ ਮੋਲਰ ਐਲੀਵੇਸ਼ਨ ਕਨਸਟੈਂਟ ਹੈ ਨਾ ਜਿਸ ਨੂੰ ਐਲਿਡੋਸਕੋਪਿਕ ਕਨਸਟੈਂਟ ਵੀ ਬੋਲਦੇ ਹਾਂ ਉਹ ਕਾਹਦੇ ਇਕੁਅਲ ਹੁੰਦਾ ਥੋੜਾ ਆਰ ਟੀ ਸਕੁਆਇਰ by 1000 LV. LV ਕੀ ਹੁੰਦਾ ਹੈ ਤੁਹਾਡਾ latent heat of vaporization ਕਿਉਂਕਿ ਇਥੇ boil ਕਰ ਰਹੇ ਹੋ vapor ਬਣੇਗਾ ਤਾਂ latent heat of vaporization latent of heat of vaporization further ਕਾਹਦੇ ਇਕੁਅਲ ਹੁੰਦਾ ਹੈ ਤੁਹਾਡਾ enthalpy of vaporization divided by your molar mass of your solvent ਤਾਂ ਇਹ ਤਿੰਨ ਫਾਰਮੂਲੇ ਤੁਸੀਂ ਪਲੀਜ਼ ਮਾਈਂਡ ਦੇ ਵਿੱਚ ਰੱਖਨੇ ਨੇ ਤਿੰਨਾਂ ਚੋਂ ਕੁਐਸਚਨ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਇੱਕ ਪੁਆਇੰਟ ਹੋਰ ਧਿਆਨ ਰੱਖਣਾ ਕਿ ਜੋ ਤੁਹਾਡਾ ਤੇ 1000 ਹੈ ਦੇਖੋ 1000 ਗ੍ਰਾਮ ਪਰ ਕੇਜੀ ਹੈ 1000 ਜੋ ਆਪਾਂ ਤੇ ਇੰਟਰੋਡਿਊਸ ਕੀਤਾ ਹੈ 1000 ਗ੍ਰਾਮ ਹੁੰਦਾ ਹੈ ਕਿਦੇ ਵਿੱਚ 1 ਕੇਜੀ ਦੇ ਵਿੱਚ ਹੈ ਨਾ ਤਾਂ ਜੋ ਤੁਹਾਡਾ 1000 ਹੈ ਉਸ ਨਾਲ ਧਿਆਨ ਰੱਖਣਾ ਉਹ ਗ੍ਰਾਮ ਪਰ ਕੇਜੀ ਦੇ ਵਿੱਚ ਹੈ ਇਹ ਜੇ ਤੁਹਾਨੂੰ ਜਦੋਂ ਤੁਸੀਂ ਨੂਮੈਰੀਕਲ ਕਰੋਗੇ ਉੱਥੇ ਕੰਮ ਆਏਗੀ ਤਾਂ ਇਹ ਤਿੰਨ ਫਾਰਮੂਲੇ ਮਾਈਂਡ ਦੇ ਵਿੱਚ ਰੱਖਿਓ ਕਿਉਂਕਿ ਇਹਨਾਂ ਦੇ ਬੇਸ ਤੇ ਤੁਹਾਨੂੰ ਪੇਪਰ ਦੇ ਵਿੱਚ ਨੂਮੈਰੀਕਲ ਦੇਖਣ ਨੂੰ ਮਿਲ ਸਕਦੇ ਤਾਂ ਦੇਖੋ ਤੁਹਾਨੂੰ ਕੁਐਸਚਨ ਗਿਵਨ ਹੈ ਕਿ ਬੈਂਜੀਨ ਦਾ ਜੋ ਬੋਇਲਿੰਗ ਪੁਆਇੰਟ ਹੈ ਨਾ ਉਹ ਗਿਵਨ ਹੈ ਤੁਹਾਡੇ ਕੋਲ 353.23 ਕੈਲਵਿਨ ਐਂਡ ਦੇ ਆਰ ਸੇਇੰਗ ਕਿ ਜਦੋਂ ਤੁਸੀਂ ਉਹਦੇ ਵਿੱਚ 1.80 ਗ੍ਰਾਮ ਸੋਲਿਊਟ ਐਡ ਕਰਦੇ ਹੋ ਤੁਹਾਡੇ 90 ਗ੍ਰਾਮ ਬੈਂਜੀਨ ਦੇ ਵਿੱਚ ਦੈਟ ਮੀਨਸ ਬੈਂਜੀਨ ਤੁਹਾਡਾ ਸੋਲਵੈਂਟ ਹੈ ਤੇ ਜੋ ਤੁਹਾਡਾ ਸੋਲਿਊਟ ਹੈ ਉਹਦਾ ਜੋ ਵੇਟ ਹੈ ਉਹ ਕਿੰਨਾ ਹੈ 1.80 ਤਾਂ ਬੋਇਲਿੰਗ ਪੁਆਇੰਟ ਇੰਨਾ ਵੱਧ ਜਾਂਦਾ ਹੈ ਤਾਂ ਚੇਂਜ ਕੱਢ ਲਓਗੇ ਚੇਂਜ ਕਾਹਦੇ ਇਕੁਅਲ ਆਏਗਾ ਫਾਈਨਲ ਮਾਈਨਸ ਇਨੀਸ਼ੀਅਲ ਤਾਂ ਡੈਲਟਾ ਬੀ ਕਾਹਦੇ ਇਕੁਅਲ ਆਏਗਾ ਫਾਈਨਲ ਟੈਂਪਰੇਚਰ ਮਾਈਨਸ ਇਨੀਸ਼ੀਅਲ ਤਾਂ ਤੁਹਾਡੇ ਕੋਲ ਡੈਲਟਾ ਟੀਬੀ ਦੀ ਵੈਲਿਊ ਕਿੰਨੀ ਆ ਗਈ 0.88 ਕੈਲਵਿਨ ਤਾਂ ਤੁਸੀਂ ਮੋਲਰ ਮਾਸ ਆਫ ਸੋਲਿਊਟ ਨੂੰ ਕੈਲਕੂਲੇਟ ਕਰਨਾ ਹੈ ਇਹਦੇ ਵਿੱਚ ਤੁਹਾਨੂੰ ਕੇਬੀ ਦੀ ਵੈਲਿਊ ਗਿਵਨ ਹੈ 2.53 ਕੈਲਵਿਨ ਪਰ ਸੋਰੀ ਕੇਜੀ ਪਰ ਮੋਲ ਠੀਕ ਹੈ ਤਾਂ ਦੇਖੋ ਇੱਥੇ ਜੋ ਫਾਰਮੂਲਾ ਹੈ ਆਪਾਂ ਉਹ ਵੀ ਅਪਲਾਈ ਕਰਦੇ ਹਾਂ weight of your solute solute ਦਾ weight ਕਿੰਨਾ ਦਿੱਤਾ ਹੈ 1.8 ਮੈਂ ਇੱਥੇ ਪੁੱਟ ਕਰਦਾ ਹਾਂ ਠੀਕ ਹੈ ਉੱਪਰ solute ਦਾ ਦੇਖੋ kb ਦੀ ਵੈਲਿਊ ਕਿੰਨੀ ਗਿਵਨ ਹੈ ਤੁਹਾਨੂੰ 2.53 ਕੈਲਵਿਨ ਪਰ kg ਪਰ ਮੋਲ weight of your solute ਕਿੰਨਾ ਗਿਵਨ ਹੈ 1.8 ਗ੍ਰਾਮ into 1000 1000 ਕੀ ਹੈ ਗ੍ਰਾਮ ਪਰ kg divided by weight of your solvent solvent ਦਾ weight ਕਿੰਨਾ ਹੈ ਤੁਹਾਡੇ ਕੋਲੇ 90 ਗ੍ਰਾਮ into delta tb change ਕਿੰਨਾ ਆਇਆ ਤੁਹਾਡੇ ਕੋਲ 0.88 ਕੈਲਵਿਨ ਸੋ ਦੈਟ ਮੀਨਸ ਜੋ ਤੁਹਾਡਾ ਹੁਣ ਇੱਥੇ ਆਨਸਰ ਹੈ ਉਹ ਮੋਲਰ ਮਾਸ ਹੈ ਤਾਂ ਤੁਹਾਨੂੰ ਪਤਾ ਹੈ ਮੋਲਰ ਮਾਸ ਦੀ ਯੂਨਿਟ ਕੀ ਆਣੀ ਚਾਹੀਦੀ ਤੁਹਾਡੇ ਕੋਲ ਗ੍ਰਾਮ ਪਰ ਮੋਲ ਤਾਂ ਹੁਣ ਮੈਂ ਇੱਥੇ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਜੋ ਫਾਈਨਲ ਆਨਸਰ ਨਿਕਲ ਰਿਹਾ ਹੈ ਉਹ ਗ੍ਰਾਮ ਪਰ ਮੋਲ 'ਚ ਹੀ ਇੱਥੇ ਆਵੇ ਹੈ ਨਾ ਤਾਂ ਦੇਖੋ ਕੈਲਵਿਨ ਦੇ ਨਾਲ ਪਰ ਕੈਲਵਿਨ ਕੈਂਸਲ ਗ੍ਰਾਮ ਦੇ ਨਾਲ ਪਰ ਗ੍ਰਾਮ ਕੈਂਸਲ ਕਿਲੋਗ੍ਰਾਮ ਦੇ ਨਾਲ ਜੋ 1000 ਦੇ ਨਾਲ ਗ੍ਰਾਮ ਪਰ ਕੇਜੀ ਲਿਖਿਆ ਉਹ ਕੈਂਸਲ ਤਾਂ ਯੂਨਿਟ ਕੀ ਬਚ ਗਈ ਸਿਰਫ ਤੁਹਾਡੀ M2 ਦੀ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਗ੍ਰਾਮ ਪਰ ਮੋਲ ਤਾਂ ਮੈਂ ਇਹ ਚੀਜ਼ ਕਹਿ ਰਿਹਾ ਸੀ ਕਿ ਜੋ ਇੱਥੇ ਤੁਹਾਡਾ 1000 ਹੈ ਜੋ ਇੱਥੇ ਤੁਹਾਡਾ 1000 ਸੀ ਉਹਦੇ ਨਾਲ ਕੀ ਹੈ ਤੁਹਾਡਾ ਗ੍ਰਾਮ ਪਰ ਕੇਜੀ ਇਨਕਲੂਡਡ ਹੈ ਦੇਖੋ ਕੈਲਕੂਲੇਟ ਦਾ ਮੋਲਰ ਐਲੀਵੇਸ਼ਨ ਕਨਸਟੈਂਟ ਆਫ ਵਾਟਰ ਦੇਖੋ ਹੁਣ ਵਾਟਰ ਹੈ ਦੈਟ ਮੀਨਸ ਵਾਟਰ ਦਾ ਬੋਇਲਿੰਗ ਪੁਆਇੰਟ ਆਪਾਂ ਨੂੰ ਪਤਾ ਹੁੰਦਾ ਹੈ ਕਿੰਨਾ ਹੁੰਦਾ 100 ਡਿਗਰੀ ਸੈਲਸੀਅਸ ਦੈਟ ਮੀਨਸ 373 ਕੈਲਵਿਨ ਤੇ ਤੁਹਾਨੂੰ ਐਲਵੀ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਗਿਵਨ ਹੈ ਤਾਂ ਤੁਸੀਂ ਦੇਖੋ ਯੂਨਿਟ ਨਾਲ ਵੈਲਿਊ ਪੁੱਟ ਕਰਨੀ ਹੈ ਦੇਖੋ ਆਰ ਦੀ ਯੂਨਿਟ ਪੁੱਟ ਕਰੋ ਟੈਂਪਰੇਚਰ ਦੀ ਕਰੋ 1000 ਦੇਖੋ ਗ੍ਰਾਮ ਪਰ ਕੇਜੀ ਦੇ ਵਿੱਚ ਹੈ ਤੇ ਜੋ ਤੁਹਾਡੀ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਹੈ ਕਿਉਂਕਿ ਉੱਪਰ ਆਰ ਤੁਹਾਡਾ ਜਾਉਲ ਦੇ ਵਿੱਚ ਹੈ ਤਾਂ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਨੂੰ ਵੀ ਤੁਸੀਂ ਕਾਹਦੇ ਵਿੱਚ ਕਨਵਰਟ ਕਰ ਲਓ ਤੁਹਾਡੇ ਜਾਉਲ ਦੇ ਵਿੱਚ ਕਨਵਰਟ ਕਰ ਲਓ ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਕਿੰਨਾ ਆ ਜਾਏਗਾ 0.512 ਕੈਲਵਿਨ ਕੇਜੀ ਪਰ ਮੋਲ ਤੁਸੀਂ ਯੂਨਿਟਸ ਨੂੰ ਕੈਂਸਲ ਆਊਟ ਕਰਕੇ ਦੇਖੋਗੇ ਤਾਂ ਤੁਹਾਡੇ ਆਨਸਰ ਇਹੀ ਆ ਜਾਏਗਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਦਾ ਮਤਲਬ ਕਿ ਜਦੋਂ ਤੁਸੀਂ ਇੱਕ ਨੋਨ ਵੋਲਾਟਾਈਲ ਸੋਲਿਊਟ ਨੂੰ ਇੱਕ ਪਿਓਰ ਸੋਲਵੈਂਟ ਦੇ ਵਿੱਚ ਐਡ ਕਰਦੇ ਹੋ
ਤਾਂ ਪਿਓਰ ਸੋਲਵੈਂਟ ਦੇ ਵਿੱਚ ਐਡ ਕਰਨ ਦੇ ਨਾਲ ਜੋ ਤੁਹਾਡਾ ਸੋਲਿਊਸ਼ਨ ਬਣਦਾ ਹੈ ਉਸਦਾ ਜੋ ਫ੍ਰੀਜ਼ਿੰਗ ਪੁਆਇੰਟ ਹੈ ਉਹ ਕੀ ਆਉਂਦਾ ਹੈ ਤੁਹਾਡਾ ਘੱਟ ਆਉਂਦਾ ਹੈ ਲੈਸ ਆਉਂਦਾ ਹੈ ਦੈਨ ਦਾ ਫ੍ਰੀਜ਼ਿੰਗ ਪੁਆਇੰਟ ਆਫ ਯੂਅਰ ਪਿਓਰ ਸੋਲਵੈਂਟ ਜਿਸ ਕਰਕੇ ਇਹਨੂੰ ਆਪਾਂ ਟਰਮ ਦਿੰਦੇ ਹਾਂ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਜਿੱਦਾਂ ਆਪਾਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਪੜ੍ਹਿਆ ਹੈ ਉਦਾਂ ਹੀ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਨੂੰ ਆਪਾਂ ਕਿੱਦਾਂ ਲਿਖਦੇ ਹਾਂ ਡੈਲਟਾ ਟੀ ਐਫ ਦੈਟ ਇਜ਼ ਇਕੁਅਲ ਟੂ ਕਿ ਤੁਹਾਡਾ ਇਨੀਸ਼ੀਅਲ ਕਿੰਨਾ ਸੀ ਫ੍ਰੀਜ਼ਿੰਗ ਪੁਆਇੰਟ ਤੇ ਫਾਈਨਲ ਕਿੰਨਾ ਸੀ ਜੋ ਚੇਂਜ ਹੈ ਉਹਨੂੰ ਆਪਾਂ ਲਿਖਦੇ ਹਾਂ ਡੈਲਟਾ ਟੀ ਐਫ ਦੇ ਨਾਲ ਐਂਡ ਜੋ ਡੈਲਟਾ ਟੀ ਐਫ ਹੈ ਇਜ਼ ਅਗੇਨ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਮੋਲੈਲਿਟੀ ਮੋਲੈਲਿਟੀ ਕੰਸੈਂਟ੍ਰੇਸ਼ਨ ਕਿਉਂਕਿ ਉਹ ਤੁਹਾਡੇ ਸਲਿਊਟ ਤੇ ਡਿਪੈਂਡ ਕਰਦੀ ਹੈ ਨੰਬਰ ਆਫ ਮੋਲਸ ਤੇ ਤਾਂ ਕਰਕੇ ਜੋ ਤੁਹਾਡਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਹੈ ਦੈਟ ਇਜ਼ ਅਗੇਨ ਯੂਅਰ ਕੋਲੀਗੇਟਿਵ ਪ੍ਰੋਪਰਟੀ ਐਂਡ ਅਗਰ ਤੁਸੀਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਇੱਥੇ ਹਟਾਉਂਦੇ ਹੋ ਤਾਂ ਤੁਹਾਡਾ ਇੱਥੇ ਆਪਾਂ ਕਾਂਸਟੈਂਟ ਇੰਟਰੋਡਿਊਸ ਕਰਦੇ ਹਾਂ ਕੇਐਫ ਦੈਟ ਇਜ਼ ਨੋਨ ਐਜ਼ ਯੂਅਰ ਮੋਲਲ ਡਿਪਰੈਸ਼ਨ ਕਾਂਸਟੈਂਟ ਔਰ ਕ੍ਰਾਇਓਸਕੋਪਿਕ ਕਾਂਸਟੈਂਟ ਹੁਣ ਦੇਖੋ ਜੋ ਐਗਜ਼ਾਮਪਲ ਦੀ ਮੈਂ ਗੱਲ ਕਰ ਰਿਹਾ ਸੀ ਉਹ ਮੈਂ ਹੁਣ ਤੁਹਾਨੂੰ ਦੱਸਦਾ ਹਾਂ ਤੁਸੀਂ ਸੁਣਿਆ ਹੋਏਗਾ ਕਿ ਬਾਹਰ ਦੇਖੋ ਬਾਰਿਸ਼ ਬਰਫ਼ ਬਹੁਤ ਹੁੰਦੀ ਹੈ ਸਨੋਫਾਲ ਹੈ ਨਾ ਤਾਂ ਉਹ ਸਨੋਫਾਲ ਨੂੰ ਮਤਲਬ ਮੈਲਟ ਕਰਨ ਦੇ ਲਈ ਉੱਥੇ ਕੀ ਸਪ੍ਰਿੰਕਲ ਕਰ ਦਿੰਦੇ ਨੇ ਨਮਕ ਤਾਂ ਨਮਕ ਕੀ ਹੈ ਤੁਹਾਡਾ ਇੱਕ ਸਲਿਊਟ ਹੈ ਤਾਂ ਜਦੋਂ ਤੁਸੀਂ ਨਮਕ ਨੂੰ ਆਈਸ ਦੇ ਉੱਤੇ ਸਪ੍ਰਿੰਕਲ ਕਰਦੇ ਹੋ ਜਾਂ ਉਸਤੇ ਡਾਲਦੇ ਹੋ ਹਨਾ ਤਾਂ ਉਸ ਨਾਲ ਕੀ ਹੁੰਦਾ ਹੈ ਕਿ ਜੋ ਆਈਸ ਤੁਹਾਡੀ 0 ਡਿਗਰੀ ਤੇ ਫ੍ਰੀਜ਼ ਹੁੰਦੀ ਸੀ ਉਸ ਦਾ ਜੋ ਫ੍ਰੀਜ਼ਿੰਗ ਪੁਆਇੰਟ ਹੈ ਹੁਣ ਲੈਟਸ ਸਪੋਜ਼ 0 ਡਿਗਰੀ ਤੇ ਨਾ ਹੋ ਕੇ -11 ਡਿਗਰੀ ਸੈਲਸੀਅਸ ਚਲਾ ਗਿਆ ਦੈਟ ਮੀਨਸ ਜੋ ਆਈਸ ਪਹਿਲਾਂ 0 ਡਿਗਰੀ ਤੇ ਫ੍ਰੀਜ਼ ਹੁੰਦੀ ਸੀ ਹੁਣ ਉਹ ਸੇਮ ਆਈਸ -11 ਡਿਗਰੀ ਤੇ ਜਾ ਕੇ ਫ੍ਰੀਜ਼ ਹੋਏਗੀ ਦੈਟ ਮੀਨਸ ਉਹਦਾ ਜੋ ਫ੍ਰੀਜ਼ਿੰਗ ਪੁਆਇੰਟ ਹੈ ਉਹ ਡਿਕਰੀਜ਼ ਕਰ ਗਿਆ ਕਿਉਂਕਿ ਹੁਣ ਫ੍ਰੀਜ਼ਿੰਗ ਪੁਆਇੰਟ ਡਿਕਰੀਜ਼ ਕਰ ਗਿਆ ਮਤਲਬ -11 ਹੋ ਗਿਆ ਤਾਂ -11 ਦੇ ਰਿਸਪੈਕਟ ਦੇ ਨਾਲ ਅਗਰ ਤੁਸੀਂ 0 ਡਿਗਰੀ ਟੈਂਪਰੇਚਰ ਦੇਖੋਗੇ ਤਾਂ ਇਹ ਟੈਂਪਰੇਚਰ ਕੀ ਉਹਦੇ ਲਈ ਹਾਈ ਹੈ ਤਾਂ ਇਸ ਹਾਈ ਟੈਂਪਰੇਚਰ ਤੇ ਉਹ ਕੀ ਹੋਏਗਾ ਤੁਹਾਡੀ ਸਨੋ ਫ੍ਰੀਜ਼ ਨਹੀਂ ਹੋਏਗੀ ਉਹ ਮੈਲਟ ਹੋਣਾ ਸਟਾਰਟ ਹੋ ਜਾਏਗੀ ਸੋ ਦੈਟ ਇਜ਼ ਦਾ ਯੂਟਿਲਿਟੀ ਆਫ ਦਿਸ ਐਪਲੀਕੇਸ਼ਨ ਠੀਕ ਹੈ ਤਾਂ ਸੇਮ ਜਿੱਦਾਂ ਹੀ ਆਪਾਂ ਜਿੰਨੇ ਵੀ ਐਕਸਪ੍ਰੈਸ਼ਨ ਆਪਾਂ ਐਲੀਵੇਸ਼ਨ ਇਨ ਬੋਇਲਿੰਗ ਪੁਆਇੰਟ ਲਈ ਕੀਤੇ ਨੇ ਸੇਮ ਐਕਸਪ੍ਰੈਸ਼ਨ ਤੁਹਾਡੇ ਹੈ ਨਾ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਦੇ ਲਈ ਨੇ ਬਿਲਕੁਲ ਸੇਮ ਉਸੇ ਤਰ੍ਹਾਂ ਜੋ ਕੇਐਫ ਦੀ ਵੈਲਿਊ ਹੈ ਨਾ ਆਪਾਂ ਉੱਥੇ ਕੀਤੀ ਸੀ ਕਾਹਦੇ ਕੋਲ ਆਈ ਸੀ ਤੁਹਾਡੀ ਆਰ ਟੀ ਸਕੁਆਇਰ ਬਾਈ 1000 ਉੱਥੇ ਕੀ ਸੀ ਐਲ ਵੀ ਹੈ ਨਾ ਤਾਂ ਇੱਥੇ ਆਪਾਂ ਕੀ ਯੂਜ਼ ਕਰਦੇ ਹਾਂ ਐਲ ਅਤੇ ਫਿਊਜ਼ਨ ਯੂਜ਼ ਕਰਦੇ ਹਾਂ ਕਿਉਂਕਿ ਆਈਸ ਵਾਲੀ ਗਾਵੇਂ ਨਾ ਐਲ ਐਫ ਆ ਜਾਂਦੀ ਹੈ ਤਾਂ ਸਿਮੀਲਰਲੀ ਲੇਟੈਂਟ ਹੀਟ ਆਫ ਜੋ ਤੁਹਾਡੀ ਫਿਊਜ਼ਨ ਹੈ ਉਹ ਕਾਹਦੀ ਇਕੁਅਲ ਆਏਗੀ ਤੁਹਾਡੀ ਇਨਥੈਲਪੀ ਆਫ ਫਿਊਜ਼ਨ ਡਿਵਾਈਡਡ ਬਾਈ ਮੋਲਰ ਮਾਸ ਆਫ ਯੂਅਰ ਸੋਲਵੈਂਟ ਠੀਕ ਹੈ ਤਾਂ ਇਹ ਦੋਨੋਂ ਉਹੀ ਸੇਮ ਰਿਲੇਸ਼ਨ ਹੈ ਇੱਕ ਯਾਦ ਕਰ ਲਓ ਤਾਂ ਦੋਨਾਂ 'ਚ ਐਪਲੀਕੇਬਲ ਹੋ ਜਾਂਦੇ ਨੇ ਤਾਂ ਤੁਸੀਂ ਕੁਐਸਚਨ ਨੂੰ ਨੋਟ ਕਰੋ ਕਿ ਤੁਹਾਡੇ ਕੋਲ ਲੇਟੈਂਟ ਹੀਟ ਆਫ ਫਿਊਜ਼ਨ ਆਈਸ ਦੀ ਦਿੱਤੀ ਹੋਈ ਹੈ ਜਿਹਨੂੰ ਆਪਾਂ ਲਿਖਦੇ ਹਾਂ ਐਲ ਐਫ ਉਹ ਗਿਵਨ ਹੈ ਤੁਹਾਡੇ ਕੋਲ ਕੈਲਰੀ ਪਰ ਮੋਲ ਦੈਟ ਇਜ਼ ਇਨ ਕੈਲਰੀ ਪਰ ਮੋਲ ਕਿੰਨੀ ਗਿਵਨ ਹੈ 1436.3 ਕੈਲਰੀ ਪਰ ਮੋਲ ਤੁਹਾਡੇ ਕੋਲ ਗਿਵਨ ਹੈ ਤੁਸੀਂ ਕੈਲਕੂਲੇਟ ਕਰਨਾ ਹੈ ਕੇਐਫ ਜਸਟ ਫਾਰਮੂਲਾ ਅਪਲਾਈ ਕਰੋ ਧਿਆਨ ਰੱਖਣਾ ਕਿਉਂਕਿ ਇਹ ਕੈਲਰੀ ਚ ਦਿੱਤਾ ਹੈ ਤਾਂ ਤੁਸੀਂ ਜੋ ਆਰ ਹੈ ਜਾਂ ਤਾਂ ਉਸਨੂੰ ਕੈਲਰੀ ਚ ਲਗਾ ਦਿਓ ਜਿਸ ਦੀ ਵੈਲਿਊ ਕੀ ਹੁੰਦੀ ਹੈ 2 ਕੈਲਰੀ ਪਰ ਕੈਲਵਿਨ ਪਰ ਮੋਲ ਠੀਕ ਹੈ ਟੈਂਪਰੇਚਰ ਟੀਐਫ ਕਿੰਨਾ ਆਏਗਾ ਦੇਖੋ ਆਈਸ ਦਾ ਕਿੰਨਾ ਹੁੰਦਾ ਹੈ 273 ਕੈਲਵਿਨ LF ਦੀ ਵੈਲਿਊ ਤੁਹਾਨੂੰ ਆਲਰੇਡੀ ਗਿਵਨ ਹੈ ਕੈਲਰੀਜ਼ ਦੇ ਵਿੱਚ ਵੈਲਿਊਜ਼ ਨੂੰ ਪੁੱਟ ਆਨ ਕਰੋ ਤੇ KF ਦੀ ਵੈਲਿਊ ਨੂੰ ਤੁਸੀਂ ਕੈਲਕੂਲੇਟ ਕਰ ਪੁਆਇੰਟ ਕਲੀਅਰ ਹੈ ਨੈਕਸਟ ਕੁਐਸਚਨ ਕਰਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ ਕੀ ਹੈ ਕਹਿੰਦੇ ਤੁਹਾਡੇ ਕੋਲ ਇੱਕ ਐਕੁਅਸ ਸੋਲੂਸ਼ਨ ਹੈ ਜਿਹਦੇ ਵਿੱਚ 5% ਯੂਰੀਆ ਹੈ ਤੇ 5% ਗਲੂਕੋਜ਼ ਹੈ ਸੋਰੀ 10% ਗਲੂਕੋਜ਼ ਹੈ ਦੈਟ ਮੀਨਸ ਇੱਥੇ ਤੁਹਾਡੇ ਕੋਲ ਦੋ ਸੋਲੂਟ ਨੇ ਇੱਕ ਯੂਰੀਆ ਹੈ ਤੇ ਇੱਕ ਤੁਹਾਡਾ ਕੀ ਹੈ ਗਲੂਕੋਜ਼ ਹੈ ਤਾਂ ਦੋਨੋਂ ਸੋਲੂਟ ਮਿਲਾ ਕੇ 15% ਤੁਹਾਡਾ ਕੀ ਹੈ ਸੋਲੂਟ ਹੈ ਦੈਟ ਮੀਨਸ ਸੋਲਵੈਂਟ ਦਾ ਜੋ ਵੇਟ ਹੈ ਉਹ ਕਿੰਨਾ ਹੋਏਗਾ 85 ਦੇਖੋ ਉਹਨਾਂ ਨੇ ਸਪੈਸ਼ਲ ਵਰਡ ਯੂਜ਼ ਕੀਤਾ ਹੈ ਨਾ ਬਾਈ ਵੇਟ ਮਤਲਬ ਅਗਰ ਤੁਸੀਂ 100 ਗ੍ਰਾਮ ਲੈਂਦੇ ਹੋ ਉਹ 'ਚ 15 ਗ੍ਰਾਮ ਤੁਹਾਡਾ ਸੋਲੂਟ ਹੈ ਤੇ 85 ਗ੍ਰਾਮ ਕੀ ਹੈ ਤੁਹਾਡਾ ਸੋਲਵੈਂਟ ਹੈ ਕਹਿੰਦੇ ਡਿਪਰੈਸ਼ਨ ਇਨ ਫ੍ਰੀਜ਼ਿੰਗ ਪੁਆਇੰਟ ਕੈਲਕੂਲੇਟ ਕਰੋ ਤਾਂ ਉਹ ਕਾਹਦੇ ਇਕੁਅਲ ਆਏਗਾ ਡਿਪਰੈਸ਼ਨ ਇਨ ਯੂਰੀਆ ਪਲੱਸ ਡਿਪਰੈਸ਼ਨ ਇਨ ਯੂਅਰ ਗਲੂਕੋਜ਼ ਤਾਂ ਉਹ ਕਾਹਦੇ ਇਕੁਅਲ ਹੁੰਦਾ ਹੈ ਦੇਖੋ 1000 ਇੰਟੂ ਕੇਐਫ ਇੰਟੂ ਵੇਟ ਆਫ ਯੂਅਰ ਸੋਲੂਟ ਕਿਉਂਕਿ ਯੂਰੀਆ ਲੈ ਰਹੇ ਹੋ ਤਾਂ ਯੂਰੀਆ ਦਾ ਵੇਟ ਕਿੰਨਾ ਹੈ 5 ਡਿਵਾਈਡਡ ਬਾਈ ਵੇਟ ਆਫ ਯੂਅਰ ਸੋਲਵੈਂਟ ਸੋਲਵੈਂਟ ਦਾ ਵੇਟ ਕਿੰਨਾ ਹੈ 85 ਐਂਡ ਮੋਲੀਕੂਲਰ ਵੇਟ ਆਫ ਯੂਅਰ ਸੋਲੂਟ ਉਹ ਕਿੰਨਾ ਹੈ ਤੁਹਾਡਾ ਯੂਰੀਆ ਦਾ ਕਿੰਨਾ ਹੁੰਦਾ ਹੈ 60 ਪਲੱਸ ਗਲੂਕੋਜ਼ ਲਈ ਕਿੰਨਾ ਹੋਏਗਾ ਦੇਖੋ 1000 ਇੰਟੂ ਕੇਐਫ ਇੰਟੂ ਉਹਦਾ ਜੋ ਵੇਟ ਕਿੰਨਾ ਹੈ 10
परसेंटेज है भाई वेट तो 10 ग्राम है, डिवाइडेड बाय मॉलिक्यूलर वेट ऑफ द 180 है, इनटू सॉल्वेंट का वेट कितना है 85। तो दोनों नु सॉल्व कर लो, जो थोड़ा चेंज आएगा टेम्परेचर दे विच वो कितना आ रहा है 3.04। सो दैट मींस जो थोड़ा टेम्परेचर है वो इतना कट जाएगा इनिशियल। वैसे वाटर किस टेम्परेचर पे फ्रीज होता है, जीरो पे, पर जो चेंज आ रहा है वो कितना आ रहा है थोड़ा 3.04। सो दैट मींस फ्रीजिंग पॉइंट कितना डिक्रीज कर गया, -3.04 डिग्री सेल्सियस थोड़ा हो गया। देखो नेक्स्ट थोड़ा आंदा है ऑस्मोसिस या थोड़ा ऑस्मोटिक प्रेशर। तो देखो थोनों वैसे पता है कोई भी चीज है जो वो फ्लो करती है वो थोड़े हाई कंसंट्रेशन तो किथे फ्लो करती है, थोड़े लो कंसंट्रेशन। ते केमिस्ट्री दे विच देखो कंसंट्रेशन का मतलब की होंदा है, पानी की है उथे ज्यादा है ना कंसंट्रेशन। अगर लो कंसंट्रेशन है, हाई कंसंट्रेशन है मतलब उथे पानी की है घट है। तो इथे आपा की लिखांगे, लो वाटर कंटेंट। ते लो कंसंट्रेशन का मतलब की है हाई वाटर कंटेंट। तो देखो ऑस्मोसिस दे विच की हुंदा है, एथे थोड़े की हुंदे ने लो वाटर कंटेंट। लो वाटर मतलब लेस कंसंट्रेटेड सॉल्यूशन, लो वाटर का मतलब सॉरी कंसंट्रेटेड का मतलब की है हाई वाटर है ना। तो थोनू पता है अगर वाटर फ्लो करेगा मतलब हाई वाटर टू किथे फ्लो करेगा, मोर कंसंट्रेटेड मतलब जिथे वाटर ਕੱਟ ਹੈ। ਤਾਂ ਉਸ ਤਰ੍ਹਾਂ ਦੇ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ, ਓਸਮੋਸਿਸ। ਤਾਂ ਸੰਪਟ ਇਹ ਕਨਫਿਊਜ਼ਿੰਗ ਹੁੰਦੀ ਹੈ, ਲੈਸ ਕਨਸੈਂਟ੍ਰੇਟਿਡ ਦਾ ਮਤਲਬ ਇੱਥੇ ਕਿ ਵਾਟਰ ਜ਼ਿਆਦਾ ਹੈ, ਕਿਉਂਕਿ ਓਸਮੋਸਿਸ ਦੇ ਵਿੱਚ ਆਪਾਂ ਸੋਲਵੈਂਟ ਮੋਲੀਕਿਊਲਸ ਦੀ ਗੱਲ ਕਰਦੇ ਹਾਂ, ਕਿਉਂਕਿ ਉਹ ਲਿਕੁਇਡ ਹੈ ਤੇ ਵਾਟਰ ਦੇ ਕਨਸੈਂਟ੍ਰੇਸ਼ਨ ਇੱਥੇ ਕੀ ਹੁੰਦੇ ਨੇ, ਇਨਵਰਸਲੀ ਪ੍ਰੋਪੋਰਸ਼ਨਲ ਕਹਿ ਦਿੰਦੇ ਨੇ, ਰੈਸੀਪ੍ਰੋਕਲ ਹੁੰਦੇ ਨੇ। ਤਾਂ ਇੱਥੇ ਲੈਸ ਕਨਸੈਂਟ੍ਰੇਟਿਡ ਸੋਲੂਸ਼ਨ ਦਾ ਮਤਲਬ ਕੀ ਹੈ, ਉੱਥੇ ਵਾਟਰ ਕੰਟੈਂਟ ਜ਼ਿਆਦਾ ਹੈ। ਤਾਂ ਵਾਟਰ ਹਾਈ रीजन तो जाके किथे फ्लो करेगा थोड़ा, जिथे वाटर दी क्वांटिटी कट है। दैट मींस लेस कंसंट्रेटेड सॉल्यूशन टू मोर कंसंट्रेटेड सॉल्यूशन ओ फ्लो करता है थ्रू योर सेमी परमीएबल मेम्ब्रेन, ते जिस प्रोसेस नु आपा बोलदे हां ऑस्मोसिस। देखो हुन थोड़े की है, थोड़े कोल दो चैंबर्स ने, एक थोड़ा है थोड़ा सॉल्वेंट है प्योर, ते एक थोड़ा है थोड़ा सॉल्यूशन साइड। तो देखो तुसी की चाहने हो कि थोनू प्योर सॉल्वेंट मिले, क्योंकि अपन पानी चाहिए है नैचुरली है ना, तो वह अपना की है सॉल्वेंट चाहिए है। तो थोड़ा पता है सॉल्वेंट के जद की होंगे है प्योर वाटर है, इतने वाटर की कंसंट्रेशन ज्यादा है, पर सोल्यूशन साइड थोड़िया इंप्योरिटीज प्रेजेंट ने, इतने वाटर कंटेंट की है थोड़ा घट है। तो अगर आप नॉर्मल कंडीशन की गल करिए, वाटर थोड़ा सॉल्वेंट तो सोल्यूशन साइड जा रहा है, मतलब प्योर तो इमप्योर हो रहा है, बट ਆਪਾਂ ਨੂੰ ਕੀ ਚਾਹੀਦਾ ਹੈ, ਆਪਾਂ ਇਨਪਿਓਰ ਤੋਂ ਪਿਓਰ ਵਾਟਰ ਚਾਹੀਦਾ ਹੈ। ਤਾਂ ਉਸ ਚੀਜ਼ ਨੂੰ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਮਿਨੀਮਮ ਪ੍ਰੈਸ਼ਰ ਅਪਲਾਈ ਕਰਦੇ ਹਾਂ ਤੁਹਾਡੇ ਸੋਲੂਸ਼ਨ ਸਾਈਡ ਤੇ, ਤਾਂ ਕਿ ਜੋ ਤੁਹਾਡਾ ਵਾਟਰ ਹੈ ਉਸ ਸੋਲੂਸ਼ਨ ਤੋਂ ਸੋਲਵੈਂਟ ਸਾਈਡ ਜਾ ਸਕੇ, ਤਾਂ ਤੁਹਾਨੂੰ ਪਿਓਰ ਵਾਟਰ ਉੱਥੇ ਮਿਲ ਸਕੇ, ਜੋ ਕਿ ਮੇਨ ਕੰਮ ਹੁੰਦਾ ਹੈ ਤੁਹਾਡੇ ਆਰਓ ਦਾ, ਜਿਸ ਨੂੰ ਆਪਾਂ ਬੋਲਦੇ ਹਾਂ ਰਿਵਰਸ ਓਸਮੋਸਿਸ। ਰਿਵਰਸ ਓਸਮੋਸਿਸ ਤਾਂ ਹੀ ਬੋਲਦੇ ਹਾਂ ਕਿਉਂਕਿ ਓਸਮੋਸਿਸ ਦੇ ਵਿੱਚ ਅਗਰ ਇਹ ਪ੍ਰੋਸੈਸ ਓਸਮੋਸਿਸ ਹੁੰਦਾ, ਤਾਂ ਓਸਮੋਸਿਸ ਦੇ ਵਿੱਚ ਤੁਹਾਡਾ ਵਾਟਰ ਸੋਲਵੈਂਟ ਤੋਂ ਸੋਲੂਸ਼ਨ ਦੀ ਤਰਫ ਮੂਵ ਕਰਨਾ ਸੀ, ਪਰ ਇਸ ਨੂੰ ਆਪਾਂ ਰਿਵਰਸ ਓਸਮੋਸਿਸ ਕਿਉਂ ਬੋਲਦੇ ਹਾਂ, ਕਿਉਂਕਿ ਇੱਥੇ ਆਪਣਾ ਪ੍ਰੋਸੈਸ ਉਲਟਾ ਹੋ ਰਿਹਾ ਹੈ ਕਿ ਆਪਾਂ ਸੋਲੂਸ਼ਨ ਸਾਈਡ ਪ੍ਰੈਸ਼ਰ ਅਪਲਾਈ ਕਰ ਰਹੇ ਹਾਂ, ਜਿਸ ਕਰਕੇ ਜੋ ਤੁਹਾਡਾ ਵਾਟਰ ਜੋ ਤੁਹਾਡਾ ਸੋਲੂਸ਼ਨ ਦੇ ਵਿੱਚ ਆਲਰੇਡੀ ਪ੍ਰੈਜ਼ੈਂਟ ਹੈ ਉਹ ਤੁਹਾਡੇ ਸੋਲਵੈਂਟ ਸਾਈਡ ਮੂਵ ਕਰਦਾ ਹੈ, ਰਿਵਰਸ ਮੂਵ ਕਰਦਾ ਹੈ, ਤਾਂ ਕਰਕੇ ਪ੍ਰੋਸੈਸ ਥੋੜਾ ਰਿਵਰਸ ਓਸਮੋਸਿਸ ਹੈ, ਜਿਸ ਤੋਂ ਆਪਾਂ ਨੂੰ ਪਿਓਰ ਵਾਟਰ ਮਿਲਦਾ ਹੈ ਜੋ ਆਪਾਂ ਘਰੇ ਡੇਲੀ ਡਰਿੰਕ ਕਰਦੇ ਹਾਂ। ਦੇਖੋ ਹੁਣ ਮੇਨ ਜੋ ਇਹਦੇ ਵਿੱਚ ਹੈ, ਦੇਖੋ ਆਪਾਂ ਕੀ ਕੀਤਾ ਹੋਇਆ ਹੈ ਕਿ ਜੋ ਤੁਹਾਡਾ ਪੀਵੀ ਇਜ਼ ਇਕੁਅਲਸ ਟੂ ਐਨਆਰਟੀ ਹੁੰਦਾ ਹੈ ਨਾ, ਤਾਂ ਇੱਥੇ ਮੈਂ ਕੀ ਲਿਖ ਸਕਦਾ ਹਾਂ, ਪੀ ਇਕੁਅਲ ਟੂ ਐਨ ਬਾਈ ਵੀ ਆਰਟੀ। ਐਨ ਕੀ ਹੈ ਤੁਹਾਡੇ ਨੰਬਰ ਆਫ ਮੋਲਸ, ਵੀ ਕੀ ਹੈ ਵਾਲਿਊਮ। ਤਾਂ ਜਿਸ ਨੂੰ ਮੈਂ ਕੀ ਐਕਸਪ੍ਰੈਸ ਕਰ ਸਕਦਾ ਤੁਹਾਡੀ ਕੰਸੈਂਟ੍ਰੇਸ਼ਨ। ਤਾਂ ਦੇਖੋ ਇੱਥੇ ਪ੍ਰੈਸ਼ਰ ਨੂੰ ਜੋ ਤੁਸੀਂ ਪ੍ਰੈਸ਼ਰ ਸੋਲੂਸ਼ਨ ਸਾਈਡ ਐਗਜ਼ਰਟ ਕਰ ਰਹੇ ਹੋ, ਉਸ ਨੂੰ ਇਹ ਪਾਈ ਦੇ ਨਾਲ ਰਿਪਰੈਜ਼ੈਂਟ ਕਰਦੇ ਨੇ। ਤਾਂ ਪਾਈ ਕਾਦੇ ਇਕੁਅਲ ਆ ਗਿਆ ਤੁਹਾਡਾ ਸੀ ਆਰ ਟੀ। ਪਾਈ ਕਾਦੇ ਇਕੁਅਲ ਆ ਗਿਆ ਤੁਹਾਡਾ ਸੀ ਆਰ ਟੀ। ਸੀ ਕੀ ਹੈ ਤੁਹਾਡੀ ਕੰਸੈਂਟ੍ਰੇਸ਼ਨ, ਕੰਸੈਂਟ੍ਰੇਸ਼ਨ ਕਾਦੇ ਇਕੁਅਲ ਹੁੰਦੇ ਹੈ ਨੰਬਰ ਆਫ ਮੋਲਸ ਬਾਈ ਵੋਲਿਊਮ। ਤਾਂ ਨੰਬਰ ਆਫ ਮੋਲਸ ਕਾਦੇ ਹੋਣਗੇ ਸੋਲੂਟ ਦੇ, ਤੇ ਉਹ ਕਾਦੇ ਇਕੁਅਲ ਹੁੰਦਾ ਹੈ ਵੇਟ ਆਫ ਸੋਲੂਟ ਡਿਵਾਈਡਡ ਬਾਈ ਮੋਲੀਕੂਲਰ ਵੇਟ ਆਫ ਯੂਅਰ ਸੋਲੂਟ। ਤਾਂ ਅਗਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਗਿਵਨ ਹੈ, ਤੁਹਾਨੂੰ ਵੇਟ ਕੈਲਕੂਲੇਟ ਕਰਨਾ ਹੈ, ਤਾਂ ਤੁਸੀਂ ਇਕੁਏਸ਼ਨ ਨੂੰ ਆਪਣੇ ਅਕੋਰਡਿੰਗ ਮੋਡੀਫਾਈ ਕਰਕੇ ਇਸ ਨੂੰ ਕੈਲਕੂਲੇਟ ਕਰ ਸਕਦੇ ਹੋ। ਖਾਸ ਧਿਆਨ ਕਾਦਾ ਰੱਖਣਾ ਹੈ, ਯੂਨਿਟਸ ਦਾ। ਤਾਂ ਆਪਾਂ ਕੁਐਸਚਨ ਦੇਖਦੇ ਹਾਂ,
क्वेश्चन के अकॉर्डिंग आप प्रैक्टिस करते हैं। व्हाट विल बी द कंसंट्रेशन ऑफ योर सुक्रोज सॉल्यूशन व्हिच डेवलप्स एन ऑस्मोटिक प्रेशर ऑफ 2 एटमॉस्फेयर एट 20 डिग्री सेल्सियस। तो देखो फार्मूला की है पाई इक्वल टू सी आर टी। तब पाई तुम देखो कादे विच दिता है 2 एटमॉस्फेयर। तो तुम्हें कंसंट्रेशन कैलकुलेट करनी है आर। देखो इतने की है थोड़ा एटमोसफेयर के विच है तो आर दी तुसी केड़ियां यूनिट्स लोगे 0.0821 लीटर एटमोसफेयर पर कैलविन पर आह यूनिट यूज करोगे क्योंकि इतने प्रेशर थोड़ा इतने एटमोसफेयर के विच है। तो मैं बार बार यह पॉइंट कह रहा हाँ देखो यूनिट्स नूं अगर ध्यान च रखोगे फिर ही आंसर सही रिपोर्ट कर पाओगे। टैंपरेचर देखो किन्ना बन जाएगा इतने 300 कैलविन। देखो कैलविन दे नाल पर कैलविन कैंसल एटमोसफेयर दे नाल एटमोसफेयर कैंसल। तो जो तुसी इसे सॉल्व कर लोगे जो भी देखो थोड़ा आंसर आएगा वह कादे विच आएगा। देखो इतने पर मोल है उधर जाके की बन जाएगा मोल, इतने लीटर है इतने की बन जाएगा पर लीटर। तो देखो थोड़ी कंसंट्रेशन ये ही आनी चाहिए सी ना मोल पर लीटर। दैट मीनस जो जो भी तुसी आंसर कढ़िया है कढ़ोगे जो थोड़ा की आएगा बिल्कुल सही आएगा क्योंकि थोड़ी जो यूनिट्स आ रही ने बिल्कुल एक्यूरेट आ रही। नेक्स्ट देखो आता है थोड़ा आइसोटोनिक हाइपरटोनिक ते हाइपोटोनिक सॉल्यूशन। देखो इस तरह के